ਪਾਤਸ਼ਾਹ ਜੀ ਮਹਾਰਾਜ ਤਿਨਾਂ ਦੀ ਰਹਿਮਤਾਂ ਭਰੀ ਪਵਿੱਤਰ ਗੋਦ ਵਿੱਚ ਸੁਭਾਇਮਾਨ ਸਤਿਗੁਰੂ ਜੀ ਦੀ ਸਾਜੀ ਅਤੇ ਨਿਵਾਜੀ ਹੋਈ ਹਜ਼ੂਰ ਦਾ ਸੁੰਦਰ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਸਾਹਿਬ ਜੀ ਦੀ ਰੱਬੀ ਰਹਿਮਤ ਦੇ ਮਹਾਨ ਪਾਤਰ ਹੋ ਹਫ਼ਤਾਵਾਰੀ ਇਸ ਦਿਨ ਵੇਲੇ ਦੇ ਪਾਵਨ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਸਭਨਾਂ ਨੇ ਭਾਵਨਾ ਸ਼ਰਧਾ ਦੇ ਨਾਲ ਸਤਿਗੁਰੂ ਦੇ ਚਰਨਾਂ ਨੂੰ ਪਰਸਿਆ ਹੈ। ਸਾਹਿਬ ਸਭਨਾਂ ਤੇ ਕਿਰਪਾ ਕਰਨ, ਦੂਰੋਂ ਨੇੜਿਓਂ ਚੱਲ ਕੇ ਆਏ ਹੋਏ ਹਰੇਕ ਗੁਰੂ ਸਵਾਰੇ ਜਗਿਆਸੂ ਜੀਆਂ ਦੀ ਹਾਜ਼ਰੀ ਗੁਰੂ ਚਰਨਾਂ ਚ ਪ੍ਰਵਾਨ ਹੋਵੇ। ਆਓ ਭਾਗਾਂ ਵਾਲਿਓ, ਆਪ ਗੁਰਸੰਗਤ ਜੀ ਦੀ ਚਰਨ ਧੂੜ ਅਸੀਸ ਦੇ ਸਦਕਾ ਔਰ ਹਜ਼ੂਰ ਦੀ ਰਹਿਮਤ ਨਦਰ ਦੇ ਸਦਕਾ ਰੋਜ਼ਾਨਾ ਹੀ ਗੁਰ ਸ਼ਬਦ ਵਿਚਾਰਧਾਰਾ ਇਤਿਹਾਸਕ ਵਿਚਾਰਧਾਰਾ ਨਾਲ ਜੁੜਨ ਦਾ ਯਤਨ ਕਰਦੇ ਹਾਂ ਸਿੱਖ ਇਤਿਹਾਸ ਦੇ ਪੰਨਿਆਂ ਉੱਪਰ। ਅੱਜ ਦਾ ਇਹ ਦਿਨ ਉਹ ਮਹਾਨ ਦਿਵਸ ਹੈ। ਦੀਨ ਦੁਨੀਆਂ ਦੇ ਸਾਹਿਬ ਧੰਨ ਧੰਨ ਸਤਿਗੁਰੂ ਗੁਰੂ ਅੰਗਦ ਦੇਵ ਜੀ ਮਹਾਰਾਜ, ਅੱਜ ਦੇ ਦਿਨ ਮਾਲਕ ਗੁਰੂ ਨਾਨਕ ਸਾਹਿਬ ਦੇ ਚਰਨਾਂ ਚੋਂ ਵਰਸਾਏ ਗਏ ਔਰ ਸਿੱਖ ਧਰਮ ਦੇ ਦੂਸਰੇ ਗੁਰੂ ਹੋਣ ਦਾ ਮਾਣ ਹਜ਼ੂਰ ਨੂੰ ਪ੍ਰਾਪਤ ਹੋਇਆ। ਆਓ ਤਿਨਾਂ ਦੇ ਗੁਰਤਾ ਗੱਦੀ ਦਿਵਸ ਦੇ ਸੰਬੰਧਤ ਅੱਜ ਦੇ ਇਸ ਸਮੇਂ ਵਿੱਚ ਇਤਿਹਾਸ ਦੀ ਵਿਚਾਰ
ਸਾਂਝੀ ਕਰਨ ਦਾ ਯਤਨ ਕਰਾਂ। ਗੁਰੂ ਪਿਤਾ ਦੇ ਚਰਨਾਂ ਦੇ ਨਾਲ ਜੁੜ ਕੇ ਅਸੀਸ ਦੀ ਦਾਤ ਬਖਸ਼ਿਸ਼ ਕਰੋ। ਦੋਨੋਂ ਹੱਥ ਜੋੜ ਲਵਾਓ ਹਾਜ਼ਰੀ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਸੱਚੇ ਪਾਤਸ਼ਾਹ ਜੀ ਦੇ ਬਾਬਤ ਰਾਮ ਕਲੀ ਕੀ ਵਾਰ, ਰਾਏ ਬਲਵੰਡ ਤਥਾ ਸਤੈ ਡੂਮ ਆਖੀ। ਇਸ ਵਾਰ ਦੇ ਅੰਦਰ ਗੁਰੂ ਸਾਹਿਬ ਦੀ ਸਿਫਤ ਕਰਦੇ ਹਨ। ਬਾਬਾ ਸੱਤਾ ਜੀ ਔਰ ਬਾਬਾ ਬਲਵੰਡ ਸਾਹਿਬ ਲਿਖਦੇ ਹਨ, ਨਾਉ ਕਰਤਾ ਆਦਰ ਕਰੇ, ਕਿਉਂ ਬੋਲ ਹੋਵੇ ਜੋ ਖੀਵਦੈ, ਦੇ ਗੁਣਾ ਸਤ ਭੈਣ ਪਰਾਵ ਹੈ, ਪਰੰਗਤ ਦਾਨ ਪੜੀ ਹੁੰਦਾ। ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵਦੈ, ਲਹਿਣੇ ਧਰਿਓਨ ਸ਼ਤ ਸਿਰ ਕਰ ਸਿਫਤੀ ਅੰਮ੍ਰਿਤ ਪੀਵਦੈ। ਬਾਬਾ ਜੀ ਲਿਖਦੇ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਸੱਚ ਦਾ ਰਾਜ ਚਲਾਇਆ, ਨਾਨਕ ਰਾਜ ਚਲਾਇਆ ਸੱਚ ਕੋਟ, ਸੱਚ ਦਾ ਕਿਲਾ ਹੈ ਸਤਾਣੀ ਨੀਵਦੈ, ਔਰ ਰਹਿਮਤਾਂ ਦੀਆਂ ਨੀਹਾਂ ਦੇ ਉੱਤੇ ਇਸ ਸਿੱਖੀ ਦਾ ਸੱਚ ਦਾ ਮਹਿਲ ਗੁਰੂ ਨਾਨਕ ਸਾਹਿਬ ਨੇ ਉਸਾਰੇ। ਔਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਕੋਈ ਵੀ ਜਗਿਆਸੂ ਭਾਵਨਾ ਲੈ ਕੇ ਆਇਆ, ਬਾਬੇ ਨਾਨਕ ਦੇ ਚਰਨਾਂ ਚੋਂ ਇਸ ਕਦਰੇ ਵਰਸਾਇਆ ਗਿਆ। ਇੱਕ ਵਿਦਵਾਨ ਲਿਖਦਾ, ਤਾਰੇ ਗਿਣੇ ਜਾਤ ਹੈ ਨਾ ਤਾਰੇ ਗਿਣੇ ਜਾਤ ਹੈ। ਉਹ ਕਹਿੰਦਾ ਅਸਮਾਨ ਵਿੱਚ ਖਿੜੇ ਤਾਰੇ ਗਿਣੇ ਜਾ ਸਕਦੇ ਨੇ, ਤਾਰੇ ਗਿਣੇ ਜਾਤ ਹੈ ਨਾ ਤਾਰੇ ਗਿਣੇ ਜਾਤ ਹੈ ਗੁਰੂ ਨਾਨਕ ਸਾਹਿਬ ਸਤਿਗੁਰੂ, ਜਿਹੜੇ ਤੇਰੇ ਚਰਨਾਂ ਨਾਲ ਲੱਗ ਕੇ ਤਰ ਗਏ, ਉਹਨਾਂ ਦੀ ਦੁਨੀਆਂ ਦੇ ਵਿੱਚ ਗਿਣਤੀ ਨਹੀਂ ਹੋ ਸਕਦੀ। ਕਿਤੇ ਸਾਹਿਬ ਦੀ ਬਾਣੀ ਵਿੱਚੋਂ ਪੜ੍ਹਦੇ ਹਾਂ ਤੇ ਸਤਿਗੁਰੂ ਕਹਿੰਦੇ ਨੇ, ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਦੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਭਾਸ ਨਾ ਭਰਿਆ। ਜਿਹਨੇ ਬਾਬੇ ਨਾਨਕ ਨੂੰ ਸੁਣਿਆ ਹੈ, ਜਿਹਨੇ ਦੀਦਾਰ ਕੀਤੇ ਨੇ, ਉਹ ਇਸ ਕਾਇਨਾਤ ਦੇ ਵਿੱਚ ਆ ਕੇ ਤਰ ਗਿਆ। ਮਹਾਰਾਜ ਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ ਜੁੜੀਆਂ ਹੋਈਆਂ ਮਹਾਨ ਰੂਹਾਂ ਦੇ ਵਿੱਚੋਂ ਅਤਿ ਸਤਿਕਾਰਯੋਗ ਨੇ ਸ੍ਰੀਮਾਨ ਭਾਈ ਬਾਬਾ ਲਹਿਣਾ ਸਾਹਿਬ ਜੀ, ਉਹਨਾਂ ਦੀ ਜ਼ਿੰਦਗਾਨੀ ਬਚਪਨ ਤੋਂ ਕਹਿਣੀ ਚਾਹਾਂ। 31 ਮਾਰਚ 1504 ਈਸਵੀ ਨੂੰ ਮੁਕਤਸਰ ਸਾਹਿਬ ਦੇ ਇਲਾਕੇ ਦੇ ਵਿੱਚ ਇੱਕ ਨਗਰ ਹੈ ਜਿਹਦਾ ਪੁਰਾਣਾ ਨਾਂ ਉਸ ਵੇਲੇ ਨਾਂਗੇ ਦੀ ਸਰਾਂ, ਕਾਗਜ਼ਾਂ ਦੇ ਵਿੱਚ ਮੱਤੇਵਾਲ, ਤੇ ਅੱਜ ਕੱਲ੍ਹ ਉਹਦਾ ਨਾਂ ਬਦਲ ਕੇ ਸਰਾਏ ਨਾਗਾ ਹੈ। ਉਸ ਪਾਵਨ ਧਰਤੀ ਦੇ ਉੱਤੇ ਸਤਿਕਾਰਯੋਗ ਬਾਬਾ ਫੇਰੂ ਮੱਲ ਸਾਹਿਬ ਪਿਤਾ ਜੀ, ਮਾਤਾ ਮਾਂ ਦਇਆ ਕੌਰ ਦੇ ਉਧਰ ਤੋਂ ਬਾਬਾ ਲਹਿਣਾ ਜੀ ਦਾ ਪ੍ਰਕਾਸ਼ ਹੁੰਦਾ ਹੈ। ਧੰਨ ਗੁਰੂ ਰਾਮਦਾਸ ਸਾਹਿਬ ਕਹਿੰਦੇ ਨੇ, ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਭਏ ਹਰਿਆਵਲੇ, ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ। ਧੰਨ ਧੰਨ ਪਿਤਾ, ਧੰਨ ਧੰਨ ਕੁੱਲ, ਧੰਨ ਧੰਨ ਸੋ ਜਨਨੀ, ਜਿਨ ਗੁਰੂ ਜਨਿਆ ਮਾਏ। ਉਹ ਮਾਂ, ਉਹ ਪਿਤਾ, ਉਹ ਕੁੱਲ ਧੰਨ ਹੈ ਜਿਸ ਕੁੱਲ ਵਿੱਚ ਮਾਂ ਦੀ ਕੁੱਖੋਂ ਪਰਮਾਤਮਾ ਰੂਪੀ ਉਹਦੇ ਚਰਨਾਂ ਦੀਆਂ ਰਹਿਮਤਾਂ ਲੈ ਕੇ ਆਏ ਹੋਏ ਗੁਰੂ ਦਾ ਪ੍ਰਕਾਸ਼ ਹੁੰਦਾ ਹੈ। ਫਿਰ ਹਜ਼ੂਰ ਕਹਿੰਦੇ, ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ ਆਪ ਤਰਿਆ, ਜਿਨੀ ਡਿੱਠਾ ਤਿੰਨਾਂ ਲਏ ਛਡਾਏ, ਹਰ ਮੇਲੋ ਸਤਿਗੁਰ ਦਇਆ ਤਰ, ਜਨ ਨਾਨਕ ਧੋਵੈ ਪਾਣੀ। ਬਚਪਨ ਦਾ ਥੋੜ੍ਹਾ ਜਿਹਾ ਸਮਾਂ
ਭਾਈ ਲਹਿਣਾ ਜੀ ਨੇ ਇਸ ਮੱਤੇ ਵਾਰ ਇਸ ਧਰਤੀ ਤੇ ਗੁਜ਼ਾਰਿਆ, ਪਰ ਵਕਤ ਦਾ ਜਿਹੜਾ ਹਕੂਮਤ ਦਾ ਬਾਦਸ਼ਾਹ ਮੁਗਲੀਆ ਹਕੂਮਤ ਉਸ ਵੇਲੇ ਆਰੰਭ ਹੈ ਤੇ ਬਾਦਸ਼ਾਹ ਹੈ ਸਿਕੰਦਰ ਲੋਧੀ ਔਰ ਉਹਦੇ ਹੁਕਮਰਾਨਾਂ ਸਦਕਾ ਇਹ ਇਲਾਕਾ ਥੇ ਹੋ ਗਿਆ, ਢਾਇਆ ਗਿਆ। ਧੰਨ ਗੁਰੂ ਅੰਗਦ ਸਾਹਿਬ ਪਹਿਲੇ ਰੂਪ ਦੇ ਵਿੱਚ ਬਾਬਾ ਲਹਿਣਾ ਜੀ ਪਰਿਵਾਰ ਸਮੇਤ ਮੱਤੇਵਾਲ ਤੋਂ ਉੱਠ ਕੇ ਪਿੰਡ ਹਰੀਕੇ ਆਏ, ਜਿਹਨੂੰ ਹਰੀਕੇ ਪੱਤਣ ਅਸੀਂ ਕਹਿੰਦੇ ਹਾਂ। ਹਰੀਕੇ ਪੱਤਣ 2.5 ਸਾਲ ਇਹ ਪਰਿਵਾਰ ਰਹਿੰਦਾ। ਇਹ ਤੋਂ ਬਾਅਦ ਬਾਬਾ ਫੇਰੂ ਮੱਲ ਜੀ ਦੇ ਤਾਏ ਦੀ ਸਪੁੱਤਰੀ, ਭਾਵ ਤਾਏ ਦੀ ਸਪੁੱਤਰੀ ਭੈਣ, ਜਿਹਦਾ ਇਤਿਹਾਸ ਵਿੱਚ ਨਾਂ ਮਾਤਾ ਪਿਰਾਈ ਲਿਖਿਆ, ਉਹ ਪਿੰਡ ਸੰਗਰ ਦੇ ਵਿੱਚ ਵਿਆਹੇ ਹੋਏ ਸਨ। ਉਹ ਪਿੰਡ ਸੰਗਰ ਤੋਂ ਉੱਠ ਕੇ ਖਡੂਰ ਆ ਗਏ। ਉਹਨਾਂ ਨੇ ਆਪਣੀ ਰਿਸ਼ਤੇਦਾਰੀ ਜਾਣਦਿਆਂ ਬਾਬਾ ਫੇਰੂ ਮੱਲ, ਮਾਂ ਦਇਆ ਕੌਰ ਤੇ ਭਾਈ ਲਹਿਣਾ ਜੀ ਪਰਿਵਾਰ ਸਮੇਤ ਭੂਆ ਦੇ ਕੋਲ ਕਹਿ ਲਈਏ, ਭੈਣ ਕੋਲ ਕਹਿ ਲਈਏ, ਖਡੂਰ ਦੀ ਧਰਤੀ ਤੇ ਜਾ ਵਸੇ। ਖਡੂਰ ਦੀ ਧਰਤੀ ਤੇ ਕੁਝ ਸਮਾਂ ਲਗਾਇਆ। ਇੱਥੇ ਰਹਿੰਦਿਆਂ ਹੋਇਆਂ ਮਾਂ ਪਿਰਾਈ ਨੇ ਹੀ ਸੰਗਰ ਪਿੰਡ ਦੇ ਭਾਈ ਦੇਵੀ ਚੰਦ ਦੀ ਸਪੁੱਤਰੀ ਮਾਤਾ ਮਾਂ ਖੀਵੀ ਜੀ ਦੇ ਨਾਲ ਭਾਈ ਲਹਿਣਾ ਜੀ ਦਾ ਰਿਸ਼ਤਾ ਜੋੜਿਆ, ਵਿਆਹ ਹੋਇਆ। ਵਿਆਹ ਤੋਂ ਬਾਅਦ ਜਿਹੜੇ ਘਰ ਦੇ ਨਿੱਜੀ ਕਾਰ ਸੀ, ਪਿਤਾ ਦਾਦਿਆਂ ਪੁਰਖਿਆਂ ਤੋਂ ਹੱਟੀ ਕਰਦੇ ਸਨ, ਕਰਿਆਨੇ ਦੀ ਹੱਟੀ ਮੱਤੇਵਾਲ ਵੀ ਸੀ, ਹਰੀਕੇ ਵੀ ਆ ਕੇ ਪਾਈ ਔਰ ਖਡੂਰ ਦੀ ਧਰਤੀ ਤੇ ਫਿਰ ਉਹ ਹੱਟੀ ਦਾ ਕੰਮ ਸ਼ੁਰੂ ਕੀਤਾ। ਜਿੱਥੇ ਸੰਸਾਰੀ ਤੌਰ ਤੇ ਹਜ਼ੂਰ ਕਿਰਤੀ ਨੇ, ਧਿਆਨ ਦਿਓ, ਪਿਛੋਕੜ ਦਾ ਕਦੀ ਪੱਖ ਵੇਖੀਏ ਅਸੀਂ, ਦਾਦਿਆਂ ਪੜਦਾਦਿਆਂ ਤੋਂ ਇਹ ਸਾਰਾ ਪਰਿਵਾਰ ਦੇਵੀ ਦੇਵਤਿਆਂ ਦਾ ਉਪਾਸ਼ਕ ਸੀ। ਬਾਬਾ ਫੇਰੂ ਮੱਲ ਜੀ ਖੁਦ ਆਪ ਸਾਲ ਦੇ ਵਿੱਚ ਇੱਕ ਵਾਰ ਉਹਨਾਂ ਸੰਗ ਲੈ ਕੇ ਜਾਣਾ, ਜਵਾਲਾ ਜੀ ਦੇ ਲਾਟਾਂ ਵਾਲੀ ਮਾਈ ਜਾਂ ਦੇਵੀ ਦੇ ਦਰਸ਼ਨਾਂ ਨੂੰ ਜਾਣਾ। ਸਾਰੇ ਇਲਾਕੇ ਦੇ ਲੋਕ ਸੰਗ ਵਿੱਚ ਇਕੱਠੇ ਹੋ ਕੇ ਨਾਲ ਜਾਂਦੇ। ਸਮਾਂ ਆਪਣੀ ਚਾਲੇ ਚੱਲਿਆ, ਭਾਈ ਲਹਿਣਾ ਜੀ ਨੇ ਉਸ ਜ਼ਿੰਮੇਵਾਰੀ ਨੂੰ ਨਿਭਾਇਆ ਤੇ ਸਮਾਂ ਆਉਂਦਾ ਜਿੱਦਣ ਬਾਬਾ ਫੇਰੂ ਮੱਲ ਜੀ ਇਸ ਦੁਨੀਆਂ ਤੋਂ ਕੂਚ ਕਰ ਗਿਆ। ਭਾਈ ਲਹਿਣਾ ਜੀ ਨੇ ਉਹ ਜ਼ਿੰਮੇਵਾਰੀ ਸੰਭਾਲੀ, ਆਪਣੇ ਪੈਰਾਂ ਦੇ ਵਿੱਚ ਘੁੰਗਰੂ ਬੰਨਣੇ, ਭਗਵੇਂ ਰੰਗ ਦੇ ਬਸਤਰ ਪਾਉਣੇ, ਮਾਤਾ ਦੀਆਂ ਭੇਟਾਂ ਗਾਉਣੀਆਂ। ਪਰ ਗਾਉਂਦਿਆਂ ਤੇ ਸੰਗ ਲਜਾਉਂਦਿਆਂ ਉਮਰ ਲੰਘ ਗਈ, ਸਮਾਂ ਲੰਘਿਆ, ਪਰ ਨਾ ਅੰਦਰ ਨੂੰ ਸਕੂਨ ਮਿਲਿਆ, ਨਾ ਅੰਦਰ ਨੂੰ ਉਹ ਸ਼ਾਂਤੀ ਮਿਲੀ। ਸਿਰਫ ਸੰਸਾਰੀ ਤੌਰ ਤੇ ਧਾਰਮਿਕ ਕਰਮ ਸਨ, ਉਹ ਲੰਘਦੇ ਜਾਂਦੇ ਸੀ, ਪਰ ਕਿਤੋਂ ਕੋਈ ਸੱਚ ਦੀ ਆਵਾਜ਼, ਕੋਈ ਰੂਹਾਨੀਅਤ ਦਾ ਪੱਖ ਝੋਲੀ ਦੇ ਵਿੱਚ ਨਾ ਆਇਆ। ਸਮੇਂ ਨਾਲ ਸਾਹਿਬ ਦੇ ਘਰ ਦੇ ਵਿੱਚ 4 ਬੱਚਿਆਂ ਨੇ ਜਨਮ ਲਿਆ। ਸਭ ਤੋਂ ਵੱਡੇ ਸਨ ਬਾਬਾ ਦਾਤੂ ਜੀ, ਦੂਸਰੇ ਬਾਬਾ ਦਾਸੂ ਜੀ, ਤੀਸਰੀ ਸਪੁੱਤਰੀ ਬੀਬੀ ਅਮਰੋ ਜੀ ਤੇ ਚੌਥੀ ਸਪੁੱਤਰੀ ਬੀਬੀ ਅਨੋਖੀ ਜੀ। 4 ਬੱਚਿਆਂ ਦਾ ਜਨਮ ਹੁੰਦਾ। ਪਰ ਇਸ ਪਿੰਡ ਦੇ ਵਿੱਚ ਸਮਾਂ ਲੰਘਿਆ, ਮਨ ਕਿਰਤ ਵਿੱਚ ਲੱਗਦਾ ਹੈ ਜਿਹੜੀ ਕਿਰਤ ਕਰਦੇ ਨੇ, ਪਰ ਕਿਤੇ ਨਾ ਕਿਤੇ ਰੂਹਾਨੀਅਤ ਦਾ ਗੁਣ ਅੰਦਰ ਹੈ ਵੀ ਮਨਾ ਮੈਂ ਦੁਨੀਆਂ ਤੇ ਆਇਆ, ਕੱਲਾ ਪਰਿਵਾਰ ਪਾਲ ਲੈਣਾ, ਕੱਲਾ ਸੰਸਾਰ ਵਿੱਚ ਰਹਿ ਕੇ ਰੋਟੀ ਕਮਾ ਕੇ ਖਾ ਲੈਣੀ, ਕੀ ਇਸ ਜ਼ਿੰਦਗੀ ਦਾ ਸਿਰਫ ਇੰਨਾ ਹੀ ਮਨੋਰਥ ਹੈ? ਜਿਹਦੇ ਮੈਂ ਦਰਸ਼ਨਾਂ ਨੂੰ ਜਾਣਾ ਹਾਂ, ਕਦੀ ਉਹ ਮਿਲੀ ਨਹੀਂ, ਕਦੀ ਉਹਦੇ ਬੋਲ ਨਹੀਂ ਸੁਣੇ, ਕਦੀ ਉਹਦਾ ਇਤਿਹਾਸ ਨਹੀਂ ਪੜ੍ਹਿਆ, ਉਹ ਦੇਵੀ ਕੌਣ ਹੈ, ਕਿੱਥੋਂ ਆਈ ਹੈ? ਪਰ ਜਿਵੇਂ ਮਾਪਿਆਂ ਨੇ ਲਕੀਰ ਦੇ ਫਕੀਰ ਬਣਾਇਆ, ਮਨਾ ਇੰਜ ਬਣਿਆ ਤੇ ਜ਼ਿੰਦਗੀ ਲੰਘਣੀ ਨਹੀਂ। ਸਮਾਂ ਚਾਲੇ ਚੱਲਦਾ ਜਾਂਦਾ। ਇੱਕ ਦਿਨ ਐਸਾ ਆਉਂਦਾ ਹੈ, ਸਵੇਰ ਦਾ ਵੇਲਾ, ਭਾਈ ਲਹਿਣਾ ਜੀ ਘਰੋਂ ਦੁਕਾਨ ਤੇ ਜਾ ਰਹੇ ਨੇ ਔਰ ਭਾਈ ਲਹਿਣਾ ਜੀ ਦੇ ਅੱਗੇ ਅੱਗੇ ਇੱਕ ਸਿੱਖ ਤੁਰਿਆ ਜਾ ਰਿਹਾ। ਉਸ ਸਿੱਖ ਦਾ ਨਾਂ ਇਤਿਹਾਸ ਦੇ ਵਿੱਚ ਲਿਖਿਆ ਭਾਈ ਜੋਧ। ਭਾਈ ਜੋਧ ਕੇਸੀ ਇਸ਼ਨਾਨ ਕੀਤਾ ਔਰ ਕੇਸ ਛੰਡੇ ਹੋਏ ਨੇ ਤੇ ਤੁਰੇ ਜਾ ਰਹੇ ਨੇ, ਪਰ ਆਪਣੀ ਰਸਨਾ ਤੋਂ
ਸਹਿਬ ਦੀ ਬਾਣੀ ਨੂੰ ਗਾਇਆ ਜਾ ਰਿਹਾ ਆਸਾ ਦੀ ਵਾਰ ਦਾ ਨਿਯਮ ਨਿਭਾਉਂਦੇ ਆ। ਇੱਕ ਬਚਨ ਉਹਨਾਂ ਪੜ੍ਹਿਆ ਤੇ ਭਾਈ ਲਹਿਰੇ ਦੀ ਕੰਨੀ ਪਿਆ। ਉਹ ਬਚਨ ਸੀ ਆਸਾ ਦੀ ਵਾਰ ਦੀ 21ਵੀਂ ਪੌੜੀ, ਜਿੱਤ ਸੇਵਿਆ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ, ਜਿੱਤ ਕੀਤਾ ਪਾਈਏ ਆਪਣਾ ਸਾ ਘਾੜ ਬੁਰੀ ਕਿਉਂ ਘਾਲੀਏ, ਮੰਦਾ ਮੂਲ ਨਾ ਕੀਚਈ ਦੇ ਲੰਮੀ ਨਦਰ ਨਿਹਾਲੀਏ, ਜੇ ਸਾਹਿਬ ਨਾਲ ਨਾ ਹਾਰੀਏ ਤੇ ਵੇਖਾ ਪਾਸਾ ਢਾਲੀਏ ਕਿਛ ਲਾਹੇ ਉੱਪਰ ਘਾਲੀਏ। ਹੁਣ ਬਚਨ ਬੜੇ ਸੌਖੇ ਸਨ, ਮੈਂ ਫਿਰ ਇਹਦੇ ਅਰਥ ਕਹਿੰਦਾ ਜਾਵਾਂ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਿਹਦੀ ਸੇਵਾ ਕਰਨ ਨਾਲ ਸੁੱਖ ਮਿਲਦਾ ਉਸ ਮਾਲਕ ਨੂੰ ਸੰਭਾਲਣਾ ਚਾਹੀਦਾ, ਭਾਵ ਉਹਨੂੰ ਹਿਰਦੇ ਚ ਵਸਾਉਣਾ ਚਾਹੀਦਾ, ਉਹਦੀ ਸੰਭਾਲ ਕਰਨੀ ਚਾਹੀਦੀ ਹੈ। ਜਿੱਦ ਕੀਤਾ ਪਾਈ ਹੈ ਆਪਣਾ ਸਭਾਲ ਬੁਰੀ ਕਿਉਂ ਘਾਲੀ ਹੈ, ਜੇ ਮੇਰਾ ਕੀਤਾ ਹੀ ਮੇਰੀ ਝੋਲੀ ਵਿੱਚ ਪੈਣਾ ਹੈ ਤੇ ਭੁੱਲ ਕੇ ਵੀ ਬੰਦਾ ਮਾੜੇ ਕਰਮ ਕਦੀ ਨਾ ਕਰੇ। ਫਿਰ ਹਜ਼ੂਰ ਕਹਿੰਦੇ ਨੇ ਕਿ ਜਿੱਦ ਸੇਵਿਆ ਸੁੱਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ, ਜਿੱਦ ਕੀਤਾ ਪਾਈ ਹੈ ਆਪਣਾ ਸਾ ਘਾੜ ਬੁਰੀ ਕਿਉਂ ਘਾਲੀ ਹੈ, ਮੰਦਾ ਮੂਲ ਨਾ ਕੀਚਈ ਦੇ ਲੰਮੀ ਨਦਰ ਨਿਹਾਲੀ। ਕਹਿੰਦੇ ਬੜੀ ਲੰਮੀ ਨਦਰ ਕਰਕੇ ਸੋਚ, ਮੰਦਾ ਭੁੱਲ ਕੇ ਵੀ ਨਹੀਂ ਕਰਨਾ ਚਾਹੀਦਾ, ਇੰਨੀ ਕੁ ਤੇਰੀ ਦੂਰ ਦੀ ਦ੍ਰਿਸ਼ਟੀ ਹੋਵੇ, ਕਿਸੇ ਦੇ ਪ੍ਰਤੀ ਮੰਦਾ ਬੋਲਣਾ, ਮੰਦਾ ਕਹਿਣਾ, ਮੰਦਾ ਸੋਚਣਾ, ਮੰਦੇ ਖਿਆਲ ਲਿਆਉਣੇ, ਸੱਚ ਜਾਣੀ ਇੱਥੇ ਬੀਜਿਆ ਹੀ ਝੋੜੀ ਦੇ ਵਿੱਚ ਪੈਂਦਾ ਹੈ। ਫਿਰ ਕਹਿੰਦੇ ਜੇ ਸਾਹਿਬ ਨਾਲ ਨਾ ਹਾਰੀ ਹੈ, ਜੇ ਗੁਰੂ ਨਾਲ ਜੁੜ ਕੇ ਜ਼ਿੰਦਗੀ ਨੂੰ ਹਾਰੀਦਾ ਨਹੀਂ ਤੇ ਵੇਹਾ ਪਾਸਾ ਢਾਲੀਏ, ਉਸ ਪਾਸੇ ਨਾਲ ਜੁੜ ਮੇਰਿਆ ਮਨਾ ਕਿ ਛਲਾਏ ਉੱਪਰ ਘਾਲੀਏ, ਘਾਲਣਾ ਘਾਲ ਪਰ ਉਹ ਘਾਲਣਾ ਘਾਲ ਜਿਹਦੇ ਵਿੱਚੋਂ ਲਾਹਾ ਮਿਲੇ। ਹੁਣੇ ਬਚਨ ਐਸੇ ਹਿਰਦੇ ਨੂੰ ਡੁੱਬ ਗਏ ਵੀ ਘਾਲਣਾ ਘਾਲਦਿਆਂ ਤੇ ਦਾਦੇ ਨੂੰ ਪਿਤਾ ਨੂੰ ਮੈਨੂੰ ਉਮਰ ਲੰਘ ਗਈ ਪਰ ਲਾਹਾ ਤੇ ਦੇਵੀ ਕੋਲੋਂ ਕੋਈ ਮਿਲਿਆ ਨਹੀਂ, ਭਾਵ ਕੋਈ ਰੂਹਾਨੀਅਤ ਦਾ ਗੁਣ ਪਰ ਇਹਨਾਂ ਤੇ ਬਚਨਾਂ ਨੇ ਮੇਰਾ ਅੰਦਰ ਸੁੱਤਾ ਹੋਇਆ ਜਗਾ ਦਿੱਤਾ। ਭਾਈ ਲਹਿਣਾ ਜੀ ਭਾਈ ਜੋਧ ਨੂੰ ਪੁੱਛਦੇ ਨੇ, ਗੁਰਮੁਖਾ ਇਹ ਬੋਲ ਬੜੇ ਪਿਆਰੇ ਨੇ, ਇਹ ਕਿਸ ਦੀ ਲਿਖਤ ਹੈ, ਕਿਹਦੀ ਆਵਾਜ਼ ਹੈ, ਅੰਦਰ ਨੂੰ ਠੰਡ ਪਾਉਣ ਵਾਲੇ ਬੋਲ ਨੇ। ਯਾਦ ਰੱਖਿਓ ਅੰਮ੍ਰਿਤਮਈ ਬਾਣੀ ਦੇ ਮੈਂ ਦੋ ਬੋਲ ਕਹਿੰਦਾ ਜਾਵਾਂ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁੱਖ ਪਾਪ ਕਾ ਨਾਸ, ਦੁੱਖ ਰੋਗ ਸੰਤਾਪ ਉਤਰੇ ਸੁਣੀ। ਸੱਚੀ ਬਾਣੀ ਸਿਰਫ ਸੁਣਨ ਦੀ ਗੱਲ ਹੈ, ਕਿਸੇ ਨੂੰ ਸੁਣਨਾ ਆ ਜਾ ਤਾਂ ਭਾਈ ਲਹਿਣਾ ਜੀ ਨੇ ਸੁਣਿਆ। ਭਾਈ ਜੋਧ ਨੂੰ ਪੁੱਛਦੇ ਨੇ ਇਹ ਰਹਿਮਤ ਦਾ ਦਾਤਾ ਕੌਣ ਹੈ, ਭਾਈ ਜੋਧ ਕਹਿੰਦੇ ਨੇ ਦੀਨ ਦੁਨੀਆ ਦਾ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ। ਕੁਝ ਇੱਕ ਬਚਨ ਪੁੱਛੇ ਪਰ ਜਿਹੜਾ ਬੀਜਿਆ ਬੀਜ ਉਹ ਫੁੱਟਿਆ ਤੇ ਹੈ, ਅੰਕੁਰ ਤੇ ਫੁੱਟਿਆ ਪਰ ਇੰਨਾ ਸਬੱਬ ਨਹੀਂ ਮਿਲਿਆ ਵੀ ਗੁਰੂ ਨਾਨਕ ਸਾਹਿਬ ਕੋਲ ਜਾ ਕਿਤੇ ਮਿਲ ਲਵਾਂ, ਸਿਰਫ ਗੱਲ ਸੁਣੀ ਤੇ ਟਿਕ ਗਏ। ਔਰ ਇਹ ਕੁਝ ਸਾਡੇ ਨਾਲ ਹੁੰਦਾ ਹੈ, ਮੈਂ ਬੇਨਤੀ ਕਰਾਂ, ਕਈ ਵਾਰੀ ਕੀਰਤਨ ਸੁਣਦੇ ਹਾਂ, ਵਿਚਾਰ ਸੁਣਦੇ ਹਾਂ, ਕਈ ਰੱਬੀ ਪਿਆਰੇ ਰੂਹਾਂ ਵਾਲੇ ਰੂਹਾਨੀਅਤ ਵਿਚਾਰਧਾਰਾ ਵਾਲੇ ਗੁਰਮੁਖ ਐਸੇ ਨੇ, ਅਸੀਂ ਸੁਣਦੇ ਹਾਂ ਤੇ ਮਨ ਬਦਲਦਾ, ਪਰ ਇੱਕ ਦੋ ਦਿਨ ਹਫ਼ਤਾ ਦੋ ਮਹੀਨੇ ਲੰਘਦੇ ਨੇ ਫਿਰ ਜ਼ਿੰਦਗੀ ਜਿੱਥੋਂ ਸ਼ੁਰੂ ਹੁੰਦੀ ਉੱਥੇ ਆ ਕੇ ਫਿਰ ਟਿਕ ਜਾਂਦੀ ਹੈ। ਕਾਰਨ ਇਹ ਹੁੰਦਾ ਹੈ ਸਾਨੂੰ ਉਹ ਸਾਥੀ ਨਹੀਂ ਮਿਲਦਾ, ਐਸਾ ਸਾਥ ਮਿਲ ਜਾਏ ਜਿਹੜਾ ਗੁਰੂ ਤੱਕ ਜੋੜਦਾ ਹੈ। ਕਈ ਵਾਰੀ ਐਸਾ ਸਾਥੀ ਨਹੀਂ ਲੱਭਦਾ, ਜੀਵਨ ਭਟਕਣਾ ਦੇ ਵਿੱਚ ਤੁਰਿਆ ਰਹਿੰਦਾ। ਭਾਈ ਲਹਿਣਾ ਜੀ ਨੇ ਸੁਣਿਆ ਜ਼ਰੂਰ ਪਰ ਗਏ ਨੇ। ਇੱਕ ਦਿਨ ਐਸਾ ਹੈ ਹੱਟੀ ਕਰਦੇ ਪਏ ਨੇ, ਅਚਾਨਕ ਇੱਕ ਦਿਹਾੜੀ ਦਾ ਉਸ ਹੱਟੀ ਤੇ ਆ ਕੇ ਖੜੋਤਾ ਹੈ। ਉਹਨੇ ਆਪਣੀ ਜੇਬ ਦੇ ਵਿੱਚੋਂ ਟੁੱਟੇ ਪੈਸੇ ਜਿਹੜੇ ਦੋ ਚਾਰ ਆਨੇ ਸੀ ਉਹ ਅੱਗੇ ਰੱਖ ਕੇ ਆਖਿਆ ਵੀ ਕਿਰਪਾ ਕਰੋ ਇੰਨੇ ਕੁ ਪੈਸਿਆਂ ਦਾ ਆਟਾ ਦੇ ਦਿਓ ਆਟਾ। ਉਹ ਦੁਕਾਨਦਾਰ ਭਾਈ ਲਹਿਣਾ ਜੀ ਨੇ ਆਟਾ ਪਾਉਣ ਲੱਗਿਆ ਵੇਖਿਆ ਵੀ ਇੰਨੇ ਪੈਸਿਆਂ ਦਾ ਸਿਰਫ ਇੰਨਾ ਕੁ ਆਟਾ ਆਉਂਦਾ ਹੈ ਜਿਹਦੇ ਤਿੰਨ ਜਾਂ ਚਾਰ ਪ੍ਰਸ਼ਾਦੇ ਬਣਨੇ।
ਭਾਈ ਲਹਿਣਾ ਜੀ ਉਸ ਪੁੱਛਦੇ ਨੇ ਉਸ ਬੰਦੇ ਨੂੰ, ਭਲਿਆ ਬੜੇ ਦਿਨਾਂ ਬਾਅਦ ਆਇਆ, ਕੀ ਗੱਲ? ਕਹਿਣ ਲੱਗੇ ਜੀ ਦਿਹਾੜੀ ਨਹੀਂ ਸੀ ਲੱਗੀ, ਅੱਜ ਅੱਧੀ ਦਿਹਾੜੀ ਮਿਲੀ ਸੀ, ਜਿੰਨੀ ਕੁ ਇਹਦੀ ਮਜ਼ਦੂਰੀ ਮਿਲੀ ਏ, ਲੈ ਆਇਆ ਤੁਸੀਂ ਆਟਾ ਦੇ ਦਿਓ। ਪੁੱਛਦੇ ਨੇ ਘਰ 'ਚ ਜੀ ਕਿੰਨੇ ਹੋ? ਕਹਿਣ ਲੱਗਾ ਤਿੰਨ ਜੀ ਆ, ਮੈਂ ਆ, ਪਤਨੀ ਹੈ ਤੇ ਮੇਰੀ ਨੰਨੀ ਜੀ ਪੁੱਤਰੀ ਹੈ। ਭਾਈ ਲਹਿਣੇ ਨੂੰ ਤਰਸ ਆਇਆ, ਮਨ ਤੇ ਭਾਵਨਾ ਵਾਲਾ ਸੀ, ਉਹਨਾਂ ਆਟਾ ਜ਼ਿਆਦਾ ਭਰਿਆ, ਕੱਪੜੇ ਵਿੱਚ ਪਾ ਦਿੱਤਾ। ਅੱਗੇ ਉਹ ਰੱਬੀ ਪਿਆਰਾ ਕਹਿਣ ਲੱਗਾ, ਨਹੀਂ ਦੁਕਾਨਦਾਰ, ਲਹਿਣਾ ਜੀ ਨਹੀਂ, ਸਿਰਫ ਉਹਨਾਂ ਆਟਾ ਦਿਓ ਜਿੰਨਾ ਮੇਰੇ ਪੈਸਿਆਂ ਦਾ ਹੋ। ਭਾਈ ਲਹਿਣਾ ਜੀ ਕਹਿੰਦੇ ਨੇ, ਕਿਉਂ? ਆਖਿਆ ਜੇ ਵਿਹਲੇ ਰਹਿ ਕੇ ਕਿਰਤ ਤੋਂ ਬਿਨਾਂ ਖਾਣ ਦੀ ਆਦਤ ਪੈ ਗਈ, ਮਨ ਪਰਮਾਤਮਾ ਦੇ ਨਾਮ ਨਾਲੋਂ ਸਦਾ ਲਈ ਟੁੱਟ ਜਾਏਗਾ। ਹੁਣ ਇਹ ਦੂਜੀ ਵਾਰ ਬੋਲ ਸਨ, ਭਾਈ ਲਹਿਣਾ ਜੀ ਨੇ ਜਿੰਨਾ ਆਟਾ ਆਉਂਦਾ ਸੀ ਦਿੱਤਾ, ਪਰ ਬੜੇ ਪਿਆਰੇ ਬੋਲ ਕਹਿੰਦੇ ਨੇ, ਗੁਰਮੁਖਾ ਦੁਕਾਨ ਤੇ ਸਿਰਫ ਉਹ ਆਉਂਦੇ ਨੇ ਜਿਹੜੇ ਦੇਣਾ ਘੱਟ ਤੇ ਲੈਣਾ ਜ਼ਿਆਦਾ ਜਾਣਦੇ ਨੇ। ਤੂੰ ਪਹਿਲਾ ਗਾਹਕ ਅੱਜ ਵੇਖਿਆ ਜਿਹੜਾ ਜਿੰਨਾ ਦਿੱਤਾ ਤੇ ਓਨਾ ਹੀ ਲੈਣਾ ਚਾਹੁੰਦਾ। ਭਾਈ ਲਹਿਣਾ ਜੀ ਨੇ ਦੁਕਾਨ ਬੰਦ ਕਰਤੀ, ਉਹਦੇ ਨਾਲ ਨਾਲ ਪਿੱਛੇ ਪਿੱਛੇ ਚਲੇ ਗਏ। ਉਹਦੇ ਘਰ ਤੋਂ ਥੋੜੀ ਜਿਹੀ ਦੂਰ ਖੜੋ ਗਏ, ਘਰ ਪਹੁੰਚੇ ਨੇ, ਉਹਨੇ ਆਟਾ ਦੰਪਤੀ ਦੇ ਸਾਹਮਣੇ ਰੱਖਿਆ। ਦੂਰੋਂ ਦਿਸਦਾ ਵੀ ਉਹ ਹੱਥ ਜੋੜ ਕੇ ਕੁਝ ਜ਼ੁਬਾਨ ਤੋਂ ਕਹਿ ਰਹੇ ਨੇ, ਪੜ ਰਹੇ ਨੇ, ਪਰ ਸੁਣਦਾ ਨਹੀਂ। ਫਿਰ ਉਸ ਪਤਨੀ ਨੇ ਉਹਨਾਂ ਆਟੇ ਦੇ ਪ੍ਰਸ਼ਾਦੇ ਬਣਾਏ। ਇੰਨੇ ਚਿਰ ਨੂੰ ਪ੍ਰਸ਼ਾਦਾ ਬਣਾ ਕੇ ਛਕਣ ਲੱਗੇ, ਇੱਕ ਫਕੀਰ ਉਹਨਾਂ ਦੇ ਘਰ ਆਇਆ, ਹੱਥ ਜੋੜ ਕੇ ਆਖਿਆ, ਜੀ ਭੁੱਖ ਲੱਗੀ ਏ, ਪ੍ਰਸ਼ਾਦਾ ਛਕਣ। ਉਹਨਾਂ ਇੱਕ ਪ੍ਰਸ਼ਾਦਾ ਦਿੱਤਾ, ਕਹਿਣ ਲੱਗੇ ਭੁੱਖ ਹੋਰ ਲੱਗੀ ਏ, ਦੋ ਚਾਹੀਦੇ ਨੇ। ਉਹਨਾਂ ਦੂਜਾ ਪ੍ਰਸ਼ਾਦਾ ਵੀ ਦਿੱਤਾ, ਦੋ ਛਕ ਕੇ ਫਕੀਰ ਚਲਾ ਗਿਆ। ਪਰ ਭਾਈ ਲਹਿਣਾ ਜੀ ਵੇਖਦੇ ਨੇ ਸਿਰਫ ਇੱਕ ਪ੍ਰਸ਼ਾਦਾ ਉਹਨਾਂ ਤਿੰਨਾਂ ਜਣਿਆਂ ਨੇ ਛਕਿਆ। ਜਦੋਂ ਤਿੰਨਾਂ ਨੇ ਛਕਿਆ, ਅੱਖਾਂ ਭਰ ਗਈਆਂ। ਇੱਕ ਬੇਨਤੀ ਨਾਲ ਫਿਰ ਇੱਥੇ ਕਹਾਂ, ਗੁਰਮੁਖੋ ਸਾਡੇ ਸਾਰਿਆਂ ਦਾ ਨਾ ਇੱਕ ਸਵਾਲ ਹੈ ਅੱਜ, ਮੈਨੂੰ ਵੈਰਕੋਰ ਵੀ ਕਈਆਂ ਸਵਾਲ ਕੀਤੇ, ਇੱਥੇ ਵੀ ਬਜ਼ੁਰਗਾਂ ਇੱਕ ਗੱਲ ਕਹੀ, ਅਚਾਨਕ ਉਹ ਖਿਆਲ ਆਇਆ, ਇਸ ਇਤਿਹਾਸ ਦੀ ਲੜੀ ਤੋਂ ਮੈਂ ਸਾਂਝਾ ਕਰਦਾ ਜਾਵਾਂ। ਅਸੀਂ ਅੱਜ ਕਹਿੰਦੇ ਹਾਂ ਵੀ ਮੈਂ ਗੁਰਦੁਆਰੇ ਆਉਣਾ ਹੈ, ਮੈਂ ਬਾਣੀ ਵੀ ਪੜ੍ਹਦਾ ਹਾਂ, ਮੈਂ ਅੰਮ੍ਰਿਤਧਾਰੀ ਵੀ ਹਾਂ, ਮੇਰੀ ਕਿਰਤ ਵੀ ਚੰਗੀ ਹੈ, ਪਰ ਮੈਂ ਦੁਖੀ ਹਾਂ, ਮੇਰਾ ਗੁਆਂਢੀ ਸੁਖੀ ਹੈ। ਉਹ ਸ਼ਰਾਬ ਪੀਂਦਾ, ਉਹ ਸੁਖੀ ਹੈ, ਮੈਂ ਅੰਮ੍ਰਿਤ ਦੀ ਦਾਤ ਲਈ ਮੈਂ ਦੁਖੀ ਹਾਂ। ਅਸੀਂ ਕਦੇ ਕਿਸੇ ਦਾ ਮਾੜਾ ਨਹੀਂ ਕਰਦੇ, ਪਰ ਮੈਂ ਦੁਖੀ ਹਾਂ, ਦੂਜਾ ਸੁਖੀ ਹੈ, ਇੰਝ ਕਿਉਂ ਹੈ? ਕਈ ਵਾਰੀ ਅਸੀਂ ਨਿਹੋਰਾ ਦਿੰਦੇ ਹਾਂ, ਰੱਬ ਖੌਰੇ ਪਤਾ ਨਹੀਂ ਇਹਨਾਂ ਲੋਕਾਂ ਦਾ ਹੀ ਹੋ ਗਿਆ, ਸਾਡੇ ਨਾਲ ਕੀ ਐਸਾ ਵੀ ਮੈਂ ਕਿਉਂ ਦੁਖੀ ਹਾਂ? ਇੱਕ ਗੱਲ ਹਮੇਸ਼ਾ ਯਾਦ ਰੱਖਿਓ, ਦੁਨੀਆਂ ਦੇ ਵਿੱਚ ਜਿਹੜਾ ਬੰਦਾ ਸਿੱਖਿਆ ਲੈਂਦਾ ਹੈ, ਪ੍ਰੀਖਿਆ ਸਿਰਫ ਦੁਨੀਆਂ 'ਚ ਉਹਦੀ ਹੁੰਦੀ ਹੈ, ਜਿਹਨੇ ਕਦੀ ਸਿੱਖਿਆ ਨਹੀਂ ਲਈ ਉਹਦੀ ਪ੍ਰੀਖਿਆ ਵੀ ਕਦੇ ਨਹੀਂ ਹੁੰਦੀ। ਜਿਹਨੇ ਸਿੱਖਿਆ ਹੀ ਨਹੀਂ ਲਈ, ਗੁਰਮੁਖ ਉਹਦਾ ਤਾਂ ਜੀਵਨ ਉਹਦਾ ਹੀ ਅਨਪੜ੍ਹ, ਉਹ ਤੇ ਵੈਸੇ ਹੀ ਉਮੀ ਬਣ ਗਿਆ, ਉਹਨੂੰ ਕੀ ਸਮਝ ਆਏਗੀ? ਜਿਹਨੇ ਬਾਬੇ ਨਾਨਕ ਦੇ ਘਰ ਵੱਲ ਕਦਮ ਪੁੱਟਿਆ, ਗੁਰਮੁਖੋਂ ਆਰੇ ਇੱਥੇ ਚੱਲਦੇ ਨੇ, ਔਰੰਗਜ਼ੇਬ ਦੇ ਸੇਵਕਾਂ ਤੇ ਆਰੇ ਨਹੀਂ ਚੱਲਦੇ ਹੁੰਦੇ। ਜਿਹਨੇ ਸਿੱਖਿਆ ਰੂਹਾਨੀਅਤ ਦੀ ਲਈ ਹੈ, ਪ੍ਰੀਖਿਆ ਉਹਦੀ ਹੁੰਦੀ ਹੈ, ਦੂਜੇ ਦੀ ਨਹੀਂ। ਭਾਈ ਲਹਿਣਾ ਜੀ ਵੇਖ ਰਹੇ ਨੇ ਇਹ ਕੈਸਾ ਇਨਸਾਨ ਹੈ, ਤੇ ਗੁਰਮੁਖੋਂ ਇਸ ਸਿੱਖ ਦਾ ਨਾਂ ਸੀ ਭਾਈ ਸ਼ੀਹਾਂ ਉੱਪਲ। ਇਹ ਭਾਈ ਸ਼ੀਹਾਂ ਉੱਪਲ ਹੈ ਜਿਹਦੀ ਇਸ ਪੁੱਤਰੀ ਨੂੰ ਧੰਨ ਗੁਰੂ ਅਮਰਦਾਸ ਆਪਣੀ ਬੇਟੀ ਬਣਾ ਕੇ ਭਾਈ ਪ੍ਰੇਮੇ ਨਾਲ ਵਿਆਹੁੰਦੇ ਨੇ, ਤੇ ਭਾਈ ਪ੍ਰੇਮੇ ਨੂੰ ਸਤਿਗੁਰੂ ਨੇ ਪ੍ਰਚਾਰਕਾਂ ਦੀ ਪਹਿਲੀ ਮੰਜੀ ਦਿੱਤੀ, ਜਿਹਦਾ ਨਾਂ ਰੱਖਿਆ ਗਿਆ ਮੱਥੋ ਤੇ ਮੁਰਾਰੀ। ਇੱਕ ਵੱਖਰੀ ਲੜੀ ਹੈ। ਭਾਈ ਲਹਿਣਾ ਜੀ ਉਹਦੇ ਘਰੇ ਚਲੇ ਗਏ, ਅੱਖਾਂ ਭਰੀਆਂ ਨੇ, ਹੱਥ ਜੁੜ ਗਏ, ਕਹਿਣ ਲੱਗੇ ਨੇ ਮੁੱਦਤ ਲੰਘ ਗਈ, ਪਿਤਾ ਪੁਰਖਿਆਂ ਤੋਂ ਸਮਝਣ ਦਾ ਯਤਨ ਕੀਤਾ ਧਰਮ ਨੂੰ, ਪਰ ਸੱਚ ਸੀ ਗੁਰਮੁਖਾ ਧਰਮ ਸਮਝ ਨਹੀਂ ਆਇਆ, ਮੈਂ ਹੈਰਾਨ ਆ,
ਇੰਨਾ ਸਿਦਕ ਮੈਂ ਆਪਣੀ ਜ਼ਿੰਦਗੀ ਚ ਨਹੀਂ ਵੇਖਿਆ। ਕਿੱਥੋਂ ਸਿੱਖਿਆ, ਕਿਹਨੇ ਇੰਨਾ ਟਿਕਾ ਬਖਸ਼ਿਆ। ਭਾਈ ਸ਼ੀਆਂ ਜੀ ਕਹਿੰਦੇ ਨੇ, ਮਾਲਕ ਧੰਨ ਗੁਰੂ ਨਾਨਕ ਸਾਹਿਬ ਦੀਆਂ ਰਹਿਮਤਾਂ ਨੇ ਭਾਈ ਲੈਣਾ ਜੀ, ਉਹੀ ਮੇਰੀ ਜ਼ਿੰਦਗੀ ਦੇ ਮਾਲਕ ਨੇ, ਔਰ ਉਹਨਾਂ ਦੀ ਸਿੱਖਿਆ ਸਦਕਾ ਹੀ ਮੈਂ ਆਪਣੇ ਜੀਵਨ ਦੀ ਗੱਡੀ ਨੂੰ ਤੋਰਦਾ। ਭਾਈ ਲਹਿਣਾ ਜੀ ਭਾਈ ਸ਼ੀਏ ਦੇ ਕੋਲੋਂ ਪੁੱਛਦੇ ਨੇ, ਗੁਰੂ ਨਾਨਕ ਸਾਹਿਬ ਰਹਿੰਦੇ ਕਿੱਥੇ ਨੇ? ਉਹਨਾਂ ਥਾਂ ਟਿਕਾਣਾ ਦੱਸਿਆ, ਕਰਤਾਰਪੁਰ ਸਾਹਿਬ ਦੇ ਬਾਹਰਲੇ ਪਾਸੇ ਇੱਕ ਛੋਟਾ ਜਿਹਾ ਡੇਰਾ ਬਣਿਆ, ਉੱਥੇ ਸੰਗਤਾਂ ਆਉਂਦੀਆਂ ਜਾਂਦੀਆਂ ਦਿਸਣਗੀਆਂ। ਕਿਸੇ ਨੂੰ ਪੁੱਛ ਲਈ ਬਾਬੇ ਨਾਨਕ ਨੂੰ ਸਾਰਾ ਜੱਗ ਜਾਣਦਾ। ਅੱਜ ਫਿਰ ਪਿੰਡੋਂ ਸੰਘ ਇਕੱਠਾ ਹੋਇਆ ਕਿ ਸਮਾਂ ਆਇਆ ਹੈ, ਸਾਲ ਬਾਅਦ ਭਾਈ ਲਹਿਣਾ ਜੀ ਆਪਾਂ ਚੱਲੀਏ। ਭਾਈ ਲਹਿਣਾ ਜੀ ਆਪਣੇ ਘੋੜੇ ਤੇ ਸਵਾਰ ਹੋਏ, ਸੰਘ ਨੂੰ ਨਾਲ ਲਿਆ ਚੱਲ ਪਏ। ਸੰਘ ਨੂੰ ਤੋਰ ਕੇ ਕਹਿੰਦੇ ਨੇ, ਤੁਸੀਂ ਚੱਲੋ ਮੈਂ ਆਉਣਾ। ਉਹ ਕਰਤਾਰਪੁਰ ਸਾਹਿਬ ਵੱਲ ਨੂੰ ਚੱਲ ਪਏ। ਕੱਚਾ ਰਾਹ ਹੈ, ਆਸੇ ਪਾਸੇ ਝੋਨਿਆਂ ਦੀ ਫਸਲ ਜਿਹੜੀ ਹੈ ਉਹ ਬੀਜਣੀ ਸ਼ੁਰੂ ਕੀਤੀ ਗਈ। 1504 ਦਾ ਹਜ਼ੂਰ ਦਾ ਜਨਮ ਹੈ ਤੇ 1532 ਈਸਵੀ 'ਚ ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਕੋਲ ਜਾਂਦੇ, ਤਕਰੀਬਨ 28 ਸਾਲ ਦੀ ਉਮਰ ਦੇ ਵਿੱਚ। ਹੁਣ ਤੁਰੇ ਜਾ ਰਹੇ ਨੇ, ਝੋਨਿਆਂ ਦਾ ਕੱਦੂ ਕੀਤਾ ਹੋਇਆ, ਕਿਤੇ ਕਿਤੇ ਜ਼ਿਮੀਂਦਾਰ ਕਿਸਾਨ ਝੋਨਾ ਬੀਜਦੇ ਨੇ, ਔਰ ਉਸ ਰਾਹ ਦੇ ਉੱਤੇ ਬੈਠਿਆਂ ਇੱਕ ਬਾਪੂ ਨੂੰ ਤੱਕਿਆ। ਭਾਈ ਲਹਿਣਾ ਜੀ ਘੋੜੇ ਤੇ ਬੈਠਿਆਂ ਕਹਿੰਦੇ ਨੇ, ਬਜ਼ੁਰਗੋ ਇਸੇ ਇਲਾਕੇ ਦੇ ਰਹਿਣ ਵਾਲੇ? ਬਾਪੂ ਜਿਹੜਾ ਆੜ ਦੇ ਵਿੱਚੋਂ ਰੰਬੇ ਦੇ ਨਾਲ ਘਾਹ ਖੋਦਦਾ ਹੈ, ਆਪਣੇ ਹੱਥਾਂ ਨੂੰ ਝਾੜ ਕੇ ਉੱਠ ਕੇ ਮੁਸਕਰਾਏ, ਕਹਿਣ ਲੱਗੇ, ਹਾਂ ਪੁੱਤਰਾ ਮੈਂ ਇਸੇ ਇਲਾਕੇ ਦਾ। ਕਹਿਣ ਲੱਗੇ, ਕਿਰਪਾ ਕਰੋ, ਮੈਂ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਨੂੰ ਆਇਆ, ਕਿਰਪਾ ਕਰਕੇ ਮੈਨੂੰ ਗੁਰੂ ਨਾਨਕ ਸਾਹਿਬ ਨਾਲ ਮਿਲਾਓ। ਉਸ ਬਜ਼ੁਰਗ ਬਾਪੂ ਨੇ ਘੋੜੇ ਦੀਆਂ ਵਾਗਾਂ ਫੜੀਆਂ, ਅੱਗੇ ਅੱਗੇ ਵਾਗਾ ਖਿੱਚਦਿਆਂ ਤੁਰ ਪਏ। ਭਾਈ ਲਹਿਣਾ ਜੀ ਘੋੜੇ ਦੇ ਉੱਤੇ ਬੈਠੇ ਹੋਏ, ਕਰਤਾਰਪੁਰ ਸਾਹਿਬ ਡੇਰਾ ਆਇਆ। ਕਹਿਣ ਲੱਗੇ ਨੇ, ਲੈ ਵੀ ਭਲਿਆ, ਆਹ ਡੇਰਾ, ਉਸ ਕਮਰੇ 'ਚ ਗੁਰੂ ਨਾਨਕ ਸਾਹਿਬ ਬੈਠੇ ਹੋਣਗੇ, ਆਪਣੇ ਘੋੜੇ ਦੀਆਂ ਵਾਗਾਂ ਬੰਨ, ਹੱਥ ਮੂੰਹ ਧੋ ਤੇ ਦਰਸ਼ਨ ਕਰ ਲਏ। ਘੋੜੇ ਦੀਆਂ ਵਾਗਾਂ ਬੰਨੀਆਂ, ਹੱਥ ਮੂੰਹ ਧੋਤਾ, ਮਨ ਵਿੱਚ ਬੜੀ ਭਾਵਨਾ ਹੈ, ਅੱਜ ਹਜ਼ੂਰ ਦੇ ਦੀਦਾਰਾਂ ਨੂੰ ਆਇਆ। ਪਰ ਜਦੋਂ ਅੰਦਰ ਗਏ, ਹੈਰਾਨ ਹੋ ਗਏ, ਇਹ ਤੇ ਉਹੀ ਬਾਪੂ ਹੈ ਜਿਹੜਾ ਮੇਰੇ ਘੋੜੇ ਦੀਆਂ ਵਾਗਾਂ ਫੜ ਕੇ ਲਿਆ। ਮੱਥਾ ਟੇਕਿਆ, ਅੱਖਾਂ 'ਚ ਹੰਝੂ ਆ ਗਏ, ਮਹਾਰਾਜ ਗੁਰੂ ਨਾਨਕ ਸਾਹਿਬ ਤੁਸੀਂ? ਸਾਹਿਬ ਜੀ ਮੇਰੇ ਕੋਲੋਂ ਬੜੀ ਵੱਡੀ ਭੁੱਲ ਹੋ ਗਈ, ਮੈਂ ਪਛਾਣ ਨਹੀਂ ਸਕਿਆ, ਘੋੜੇ ਦੀਆਂ ਵਾਗਾਂ ਤੁਸੀਂ ਫੜ ਕੇ ਲਿਆਏ, ਮੈਂ ਮੂਰਖਾਂ ਵਾਂਗੂ ਉੱਤੇ ਬੈਠਾ ਰਿਹਾ। ਉਹਨਾਂ ਆਪਣੇ ਲਈ ਬੋਲ ਵਰਤੇ। ਮਹਾਰਾਜ ਗੁਰੂ ਨਾਨਕ ਸਾਹਿਬ ਇੱਕ ਗੱਲ ਕਹਿੰਦੇ ਨੇ, ਲੈਣਿਆ ਬਸ ਇੱਕੋ ਗੱਲ ਯਾਦ ਰੱਖੀ, ਲੈਣ ਵਾਲੇ ਸਦਾ ਘੋੜਿਆਂ ਤੇ ਚੜ੍ਹ ਕੇ ਆਉਂਦੇ ਨੇ ਤੇ ਦੇਣ ਵਾਲੇ ਹਮੇਸ਼ਾ ਥੱਲੇ ਖੜੋਤੇ ਹੁੰਦੇ ਨੇ। ਪਰ ਇੱਕ ਗੱਲ, ਅੱਜ ਘੋੜੇ ਦੀਆਂ ਵਾਗਾਂ ਫੜਾਈਆਂ ਹੀ, ਮੈਂ ਤੈਨੂੰ ਕਰਤਾਰਪੁਰ ਸ਼ਹਿਰ 'ਚ ਲੈ ਆਉਂਦਾ ਹੈ, ਲੈਣਿਆ ਕਦੀ ਮਨ ਦੀਆਂ ਵਾਗਾਂ ਫੜਾਈ, ਮੈਂ ਤੈਨੂੰ ਕਰਤਾਰ ਦੇ ਸ਼ਹਿਰ ਲੈ ਚੱਲਾਂ। ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਕੋਲ ਕੁਝ ਦਿਨ ਰਹੇ, ਕੁਝ ਦਿਨ ਰਹਿਣ ਤੋਂ ਬਾਅਦ ਆਗਿਆ ਲਈ, ਮਹਾਰਾਜ ਮੈਂ ਘਰ ਦਾ ਪ੍ਰਬੰਧ ਜ਼ਿੰਮੇ ਸੌਂਪ ਕੇ ਤੁਹਾਡੇ ਚਰਨਾਂ 'ਚ ਆਉਣਾ। 10 ਦਿਨਾਂ ਬਾਅਦ ਭਾਈ ਲਹਿਣਾ ਜੀ ਦੁਆਰਾ ਆਉਂਦੇ ਨੇ, ਮਾਤਾ ਮਾਂ ਖੀਵੀ ਦੇ ਚਰਨਾਂ 'ਚ ਨਮਸਕਾਰ ਹੈ, ਜਿਨ੍ਹਾਂ ਨੇ ਪਤੀ ਦੀ ਜ਼ਿੰਮੇਵਾਰੀ ਸੰਭਾਲੀ, ਬੱਚਿਆਂ ਨੂੰ ਮਾਂ ਬਾਪੂ ਵਾਲਾ ਪਿਆਰ ਦਿੱਤਾ। ਭਾਈ ਲਹਿਣਾ ਜੀ ਆਉਣ ਲੱਗਿਆਂ ਦੁਕਾਨ ਤੋਂ ਇੱਕ ਡੱਬ ਦੀ ਬਣੀ ਹੋਈ ਚਟਾਈ ਤੇ ਇੱਕ ਲੂਣ ਦਾ ਡਲਾ, ਜਿਹਨੂੰ ਪੰਜਾਬੀ ਬੋਲੀ 'ਚ ਲੂਣ ਦੀ ਖਿੱਟੀ ਕਹਿੰਦੇ ਨੇ, ਲੂਣ ਦੀ ਖਿੱਟੀ ਸਿਰ 'ਤੇ ਚੁੱਕ ਕੇ ਲਿਆਂਦੀ। ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਆਏ, ਸਾਹਿਬ ਦੇ ਚਰਨਾਂ 'ਚ ਨਮਸਕਾਰ ਕੀਤੀ ਤੇ ਧੰਨ ਗੁਰੂ ਨਾਨਕ ਸਾਹਿਬ ਉਸ ਵੇਲੇ ਜਿੱਥੇ ਝੋਨਾ ਲੱਗ ਰਿਹਾ ਲੱਗਾ ਹੋਇਆ, ਮਹਾਰਾਜ ਵੇਖ ਰਹੇ ਨੇ ਝੋਨੇ ਨੂੰ ਤੇ ਉਹਦੇ ਵਿੱਚੋਂ ਕੋਈ ਕੋਈ ਉੱਗਿਆ ਹੋਇਆ ਨਦੀਨ ਜਿਹੜਾ ਹੈ ਉਹ ਪੁੱਟਦੇ।
ਭਾਈ ਲਹਿਣਾ ਜੀ ਹੱਥ ਜੋੜ ਕੇ ਕਹਿੰਦੇ ਨੇ ਮਹਾਰਾਜ ਮੈਂ ਵੀ ਇਹ ਸੇਵਾ ਕਰ ਸਕਦਾ ਹੈ। ਸਾਹਿਬ ਕਹਿੰਦੇ ਕਿਉਂ ਨਹੀਂ, ਜ਼ਰੂਰ। ਹੁਣ ਨਦੀਨ ਜਿਹੜੇ ਨੇ ਗੁਰੂ ਨਾਨਕ ਸਾਹਿਬ ਦੇ ਜ਼ਿਮੀਦਾਰਾ ਕਰਦੇ ਨੇ, ਪਰ ਭਾਈ ਲਹਿਣੇ ਨੇ ਤੇ ਕਦੀ ਜ਼ਿਮੀਦਾਰਾ ਕੀਤਾ ਨਹੀਂ। ਉਹ ਨਦੀਨਾਂ ਦੀ ਥਾਂ ਤੇ ਝੋਨੇ ਦੇ ਬੂਟੇ ਪੁੱਟੀ ਜਾ ਰਹੇ ਸੀ। ਮਹਾਰਾਜ ਹੱਸ ਕੇ ਕਹਿੰਦੇ ਨੇ ਲਹਿਣਿਆ ਤੂੰ ਪੁੱਟਣੇ ਨਹੀਂ, ਤੂੰ ਲਾਉਣੇ ਨੇ। ਨਦੀਨ ਪੁੱਟ ਕੇ ਤੇ ਬਾਹਰ ਰੱਖੇ ਗਏ, ਪੰਡ ਭਰੀ ਗੁਰੂ ਨਾਨਕ ਸਾਹਿਬ ਨੇ। ਮਹਾਰਾਜ ਕਹਿੰਦੇ ਨੇ ਚੁੱਕੇਗਾ? ਭਾਈ ਲਹਿਣਾ ਜੀ ਕਹਿੰਦੇ ਨੇ ਸਤਿਗੁਰੂ ਤੁਸੀਂ ਜੇ ਚੁਕਾਓਗੇ ਤੇ ਜ਼ਰੂਰ ਚੁੱਕ ਲਵਾਂ। ਹਜ਼ੂਰ ਗੁਰੂ ਨਾਨਕ ਸਾਹਿਬ ਨੇ ਉਹ ਪੰਡ ਚੁੱਕੀ, ਭਾਈ ਲਹਿਣੇ ਦੇ ਸਿਰ ਤੇ ਰੱਖ ਦਿੱਤੀ। ਪਰ ਆਪਾਂ ਸਾਰੇ ਤਕਰੀਬਨ ਜ਼ਿਮੀਦਾਰਾ ਕਰਦੇ ਹਾਂ। ਹੁਣ ਝੋਨੇ ਦੇ ਜਿਹੜੇ ਨਦੀਨ ਨੇ ਉਹਨਾਂ ਦੀਆਂ ਜੜ੍ਹਾਂ ਤੋਂ ਚਿੱਕੜ ਚੁੰਮਦਾ, ਭਾਈ ਲਹਿਣੇ ਦੇ ਪਾਏ ਹੋਏ ਕੀਮਤੀ ਵਸਤਰ ਉਹ ਚਿੱਕੜ ਦੇ ਨਾਲ ਨਿਬੜ ਗਏ। ਘਰ ਆਏ, ਉਹ ਜਿਹੜਾ ਨਦੀਨ ਵਾਲੀ ਪੰਡ ਸੀ ਉਹ ਪਸ਼ੂਆਂ ਦੇ ਅੱਗੇ ਸਿੱਟੀ। ਮਾਂ ਸੁਲੱਖਣੀ ਜੀ ਗੁਰੂ ਨਾਨਕ ਸਾਹਿਬ ਦੇ ਮਹਿਲ, ਉਹ ਵੇਖ ਕੇ ਕਹਿੰਦੇ ਨੇ ਹਜ਼ੂਰ ਇਹ ਤੁਸੀਂ ਕੀ ਕੀਤਾ? ਮੈਨੂੰ ਨਹੀਂ ਲੱਗਦਾ ਵੀ ਇਹਨੇ ਕਦੀ ਪੰਡ ਚੁੱਕੀ ਹੋਏਗੀ, ਇਹਨੂੰ ਕਿਉਂ ਚੁਕਾ ਦਿੱਤੀ? ਗੁਰੂ ਨਾਨਕ ਸਾਹਿਬ ਇੱਥੇ ਇਸ਼ਾਰਾ ਦਿੰਦੇ ਨੇ, ਕਹਿਣ ਲੱਗੇ ਇਹਦੇ ਤੋਂ ਬਿਨਾਂ ਪੰਡ ਚੁੱਕਣ ਵਾਲਾ ਦਿਸਦਾ ਕੋਈ ਨਹੀਂ। ਕਹਿਣ ਲੱਗੇ ਠੀਕ ਹੈ, ਪਰ ਚਿੱਕੜ ਵਾਲੀ ਪੰਡ ਸਾਰੇ ਕੱਪੜੇ ਲਬੇੜ ਦਿੰਦੇ ਨੇ। ਇੱਕ ਵਿਦਵਾਨ ਨੇ ਇਹਨਾਂ ਬੋਲਾਂ ਨੂੰ ਬੜਾ ਪਿਆਰਾ ਲਿਖਿਆ, ਕਹਿੰਦੇ ਨੇ ਗੁਰੂ ਨਾਨਕ ਸਾਹਿਬ ਆਖਦੇ ਨੇ ਮੈਂ ਦੀਨ ਦੁਨੀਆ ਕਾ ਛਤਰ ਸਿਰ ਡਾਰਾ, ਇਹ ਕੀਚ ਜਲ ਨਾਹੀ ਕੇਸਰ ਸਿਰ ਡਾਰਾ। ਇਹ ਚਿੱਕੜ ਨਹੀਂ, ਇਹ ਕੇਸਰ ਦੇ ਛਿੱਟੇ ਨੇ, ਇਹ ਲਹਿਣ ਮੈਂ ਇਨਕੋ ਦੇਣਾ। ਕਹੋ ਸਤ ਮਿਥਿਆ ਨਹੀਂ ਬਹਿਣਾ, ਇਨਕੀ ਮੋਸਿਓ ਹੈ ਬਿਧ ਬਣੀ, ਮੇਰੇ ਰਾਜ ਕੋ ਆਇਓ ਧਨੀ। ਇਹ ਮੇਰੇ ਰਾਜ ਦਾ ਧਨੀ ਬਣ ਕੇ ਆਇਆ। ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਬਾਬੇ ਲਹਿਣੇ ਨੇ ਬਾਖੂਬੀ ਸੇਵਾ ਆਰੰਭ ਕੀਤੀ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਕੋਲੋਂ ਗੁਰਬਾਣੀ ਦਾ ਗਿਆਨ ਸਿੱਖਿਆ, ਧਰਮ ਦੀ ਦੁਨੀਆ ਦੇ ਗੁਣ ਸਿੱਖੇ, ਸਿੱਖੀ ਦੇ ਕਾਇਦੇ ਕਾਨੂੰਨ ਹਜ਼ੂਰ ਨੇ ਸਿਖਾਏ। ਪਰ ਸਭ ਤੋਂ ਪਹਿਲਾਂ ਸੇਵਾ ਗੁਰੂ ਨਾਨਕ ਸਾਹਿਬ ਜਾਣਦੇ ਨੇ ਇਹ ਪੰਡ ਚੁੱਕਣ ਦੇ ਯੋਗ ਤੇ ਹੈ, ਪਰ ਜਿਹਨੇ ਸਾਰੀ ਕੌਮ ਨੂੰ ਹੈਂਡਲ ਕਰਨਾ ਹੈ, ਪਰ ਉਹਨੂੰ ਘੜਿਆ ਵੇਖੋ ਕਿਵੇਂ। ਮੈਂ ਦੋ ਤਿੰਨ ਛੋਟੀਆਂ ਛੋਟੀਆਂ ਸਾਖੀਆਂ ਜੀਵਨ ਚੋਂ ਆਖਾਂ। ਕਰਤਾਰਪੁਰ ਸਾਹਿਬ ਵਸਿਆ ਹੋਇਆ, ਸਾਰੇ ਪਿੰਡ ਦਾ ਮਲ ਮੂਤਰ ਗੰਦਗੀ ਜਿਸ ਛੱਪੜ ਚ ਆ ਕੇ ਡਿੱਗਦਾ, ਮਹਾਰਾਜ ਉਹਦੇ ਕੰਢੇ ਤੁਰੇ ਜਾਂਦੇ ਨੇ। ਤੁਰਿਆ ਜਾਂਦਿਆਂ ਹਜ਼ੂਰ ਨੇ ਆਪਣੇ ਹੱਥ ਦੇ ਵਿੱਚ ਫੜਿਆ ਹੋਇਆ ਬਰਤਨ ਭਾਂਡਾ ਬਾਟਾ ਉਸ ਚਿੱਕੜ ਦੇ ਵਿੱਚ ਸੁੱਟ ਦਿੱਤਾ ਤੇ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਆਪਣੇ ਨਾਲ ਸਾਰਿਆਂ ਨੂੰ ਕਹਿੰਦੇ ਨੇ ਜਾਓ ਕੋਈ ਬਾਟਾ ਕੱਢ ਕੇ ਲਿਆਓ। ਹਜ਼ੂਰ ਦੇ ਸਪੁੱਤਰ ਨੇ ਬਾਬਾ ਸ੍ਰੀ ਚੰਦ ਜੀ ਹੱਸ ਕੇ ਕਹਿੰਦੇ ਨੇ ਪਿਤਾ ਜੀ ਜੇ ਚੁੱਕਣਾ ਹੀ ਸੀ ਤੇ ਸਿੱਟਿਆ ਕਿਉਂ, ਤੇ ਜਿਹੜਾ ਡਿੱਗ ਪਿਆ ਗੰਦੀ ਗਿੰਦਗੀ 'ਚ ਇਹਨੂੰ ਚੁੱਕੀਦਾ ਨਹੀਂ। ਬਾਬੇ ਲਖਮੀ ਦਾਸ ਨੂੰ ਉਹਨਾਂ ਦਾ ਵੀ ਉਹੀ ਜਵਾਬ, ਹੋਰਾਂ ਨੂੰ ਆਖਿਆ ਕਿਸੇ ਨੇ ਇਸ ਗੱਲ ਦਾ ਜਵਾਬ ਨਹੀਂ ਦਿੱਤਾ। ਭਾਈ ਲਹਿਣੇ ਦੀ ਗੱਲ ਆਈ ਕਿਉਂਕਿ ਇਸ ਘਰ ਦੇ ਵਿੱਚ ਸਿਰਫ ਉਹੀ ਪਰਵਾਨ ਚੜਿਆ ਗੁਰਮੁਖੋ ਜਿਹੜਾ ਹੁਕਮੀ ਬੰਦਾ ਹੋ ਕੇ ਗੁਜ਼ਰਿਆ। ਕਿਉਂਕਿ ਮਹਾਰਾਜ ਕਹਿੰਦੇ ਸਲਾਮ ਜਵਾਬ ਦੋਵੇਂ ਕਰੈ ਮੁੱਢੋ ਉੱਥਾ ਜਾ, ਨਾਨਕ ਦੋਵੇਂ ਕੂੜੀਆਂ ਥਾਏ ਨਾ ਤਾਈ ਪਾ। ਇੱਥੇ ਸਿਰਫ ਤੇ ਸਿਰਫ ਇੱਕੋ ਹੀ ਭਾਵਨਾ ਬਣਾ ਕੇ ਆਈਏ। ਮਹਾਰਾਜ ਗੁਰੂ ਅੰਗਦ ਸਾਹਿਬ ਆਪਣੇ ਬਚਨਾਂ 'ਚ ਬਾਅਦ 'ਚ ਆਖਿਆ ਕਿ ਇੱਕ ਨੇਹੀ ਦਾਤ ਆਪਸ ਤੇ ਜੋ ਪਾਈਏ, ਨਾਨਕ ਸਾ ਧਰਮਾਤ ਸਾਹਿਬ ਤੁੱਠੈ ਜੋ ਮਿਲੈ। ਦਾਤ ਮੰਗ ਕੇ ਨਹੀਂ, ਦਾਤ ਤਰੁੱਠ ਕੇ ਮਿਲਦੀ ਹੈ। ਮੰਗਿਆ ਤੇ ਸਿਰਫ ਮੰਗ ਰਹਿ ਜਾਏਗੀ, ਉਹ ਦਾਤ ਨਹੀਂ ਰਹਿ ਜਾਏਗੀ। ਨਾਨਕ ਖਸਮ ਨਾ ਚੱਲਈ ਨਾਲ ਖਸਮ ਚੱਲੈ, ਅਰਦਾਸ ਨਾਨਕ ਹੁਕਮ ਨਾ ਚੱਲਈ ਨਾਲ ਖਸਮ ਚੱਲੈ ਅਰਦਾਸ। ਸਿਰਫ ਭਾਵ ਭਾਈ ਲਹਿਣਾ ਜੀ ਚਿੱਕੜ 'ਚ ਵੜੇ, ਬਾਟਾ ਕੱਢਿਆ, ਚੰਗੀ ਤਰ੍ਹਾਂ ਉਹਨੂੰ ਮਾਂਜਿਆ,
ਮਾਂਜ ਕੇ ਧੋ ਕੇ ਗੁਰੂ ਨਾਨਕ ਸਾਹਿਬ ਦੇ ਹੱਥ ਫੜਾ ਦਿੱਤਾ। ਤਨ ਗੁਰੂ ਨਾਨਕ ਸਾਹਿਬ ਕਹਿੰਦੇ ਮੇਰੇ ਲੈਣਿਆ, ਮੇਰੇ ਇੱਕ ਇੱਕ ਬਚਨ ਨੂੰ ਪੱਲੇ ਬੰਨ ਕੇ ਰੱਖੀ। ਸਮਾਂ ਆਏਗਾ ਗੰਦਗੀ ਦੇ ਵਿੱਚ ਡਿੱਗਿਆਂ ਨੂੰ ਤੂੰ ਚੁੱਕਣਾ, ਮਾਂਜ ਮਾਂਜ ਕੇ ਇਸ ਕਾਇਨਾਤ ਦੇ ਸਾਹਮਣੇ ਤੈਨੂੰ ਰੱਖਣਾ ਪਏ। ਸਤ ਬਚਨ ਆਖੇ ਪਰ ਪ੍ਰੋਫੈਸਰ ਸਾਹਿਬ ਸਿੰਘ ਨੇ ਉਹਨਾਂ ਜੀਵਨੀ ਲਿਖੀ ਗੁਰੂ ਅੰਗਦ ਸਾਹਿਬ ਦੀ, ਮੈਂ ਅੱਜ ਪੜ੍ਹ ਰਿਹਾ ਸਾਂ। ਉਹਨਾਂ ਹਰੇਕ ਸਾਖੀ ਦਾ ਭਾਵ ਬੜਾ ਪਿਆਰਾ ਲਿਖਿਆ। ਉਹ ਕਹਿੰਦੇ ਨੇ ਦੁਨੀਆਂ ਅੰਦਰ ਮਨੁੱਖਤਾ ਨੂੰ ਵੰਡਿਆ ਗਿਆ, ਇਨਸਾਨੀਅਤ ਨੂੰ ਵੰਡਿਆ ਗਿਆ, ਧਰਮ ਨੂੰ ਵੰਡਿਆ, ਧਰਮ ਨੇ ਗਾਂ ਰੱਬ ਨੂੰ ਵੰਡ ਕੇ ਰੱਖ ਦਿੱਤਾ। ਪਰ ਬਾਬੇ ਨਾਨਕ ਐਸਾ ਨਹੀਂ ਕੀਤਾ। ਕਹਿਣ ਲੱਗੇ ਮਹਾਰਾਜ ਨੇ ਭਰਾਤਰੀ ਭਾਵ ਪੈਦਾ ਕੀਤਾ ਗੁਰੂ ਅੰਗਦ ਸਾਹਿਬ ਦੇ ਇਤਿਹਾਸ ਵਿੱਚੋਂ। ਪੁੱਛਿਆ ਜੀ ਕਿਵੇਂ? ਪ੍ਰੋਫੈਸਰ ਸਾਹਿਬ ਸਿੰਘ ਕਹਿੰਦੇ ਨੇ ਪਿੰਡਾਂ ਦੇ ਵਿੱਚ ਵਰਗ ਬਣੇ ਪਏ, ਅੱਜ ਵੀ ਨਾਲੀਆਂ ਸਾਫ ਕਰਨ ਵਾਲਾ ਮਾਫ ਕਰਨਾ ਇੱਕ ਵਰਗ ਹੈ ਸਾਡੇ ਪਿੰਡਾਂ। ਅੱਜ ਅਸੀਂ ਪੰਜਾਬੀ ਬੋਲੀ ਚ ਜ਼ਮਾਦਾਰ ਕਹਿ ਦਿੰਦੇ। ਧੰਨ ਗੁਰੂ ਨਾਨਕ ਸਾਹਿਬ ਦੀ ਦ੍ਰਿਸ਼ਟੀ ਐਸੀ ਹੈ, ਮਹਾਰਾਜ ਨੇ ਸਭ ਤੋਂ ਪਹਿਲਾਂ ਉਹ ਕਾਰਜ ਕਰਵਾਇਆ ਕਿ ਗੰਦਗੀ ਚ ਵੜਨਾ ਕੱਲੇ ਜ਼ਮਾਦਾਰਾਂ ਦਾ ਕੰਮ ਨਹੀਂ। ਇੰਨਾ ਕੁ ਭਰਾਤਰੀ ਭਾਵ ਗੁਰੂ ਅੰਗਦ ਸਾਹਿਬ ਤੁਸੀਂ ਵੰਡਿਓ, ਸਾਨੂੰ ਇਸ ਤਰੀਕੇ ਨਾਲ ਜੁੜੇ ਹੋਏ ਲੋਕ, ਖਿੱਤੇ ਨਾਲ ਜੁੜੇ ਹੋਏ ਲੋਕ ਵੀ ਤੇਰੇ ਘਰ ਚ ਆਉਣ, ਉਹਨੂੰ ਵੀ ਤੇਰੇ ਸੀਨੇ ਚ ਥਾਂ ਮਿਲ ਜਾਏ। ਦੂਸਰੀ ਵਾਰ ਧਰਮਸ਼ਾਲਾ ਦੇ ਵਿੱਚ ਇੱਕ ਚੂਹੀ ਦਾ ਮਰ ਜਾਣ, ਬਦਬੋ ਆਏ, ਸਭ ਨੂੰ ਆਖਿਆ ਵੀ ਭਲਿਓ ਚੂਹੀ ਮਰ ਗਈ ਏ, ਚੋਕੇ ਕੋਈ ਬਾਹਰ ਸੁੱਟ ਦਿਓ। ਬਕਾਇਦਾ ਇਤਿਹਾਸ ਪੈਂਦਾ ਤੇ ਸਾਹਿਬ ਦੀ ਬਾਣੀ ਨੇ ਆਖਿਆ ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋ, ਕੰਨ ਮੁਰੱਟੀਏ ਦਿਲ ਖੋਟੇ ਆਕੀ ਫਿਰਨ ਬਨ ਭਾਰ ਉਚਾਈ ਨਿਛੱਟੀਏ। ਪੁੱਤਰਾਂ ਨੇ ਬਾਪੂ ਦਾ ਇੱਕ ਵੀ ਕੌਲ ਨਹੀਂ ਜੇ ਮੰਨਿਆ। ਉਹ ਕਹਿੰਦੇ ਨੇ ਮਹਾਰਾਜ ਪਿਤਾ ਜੀ ਆਹ ਜਿਹੜਾ ਕੰਮ ਤੁਸੀਂ ਕਹਿੰਦੇ ਹੋ ਮਰਿਆ ਹੋਇਆਂ ਨੂੰ ਚੋਕੇ ਬਾਹਰ ਸੁੱਟਣਾ, ਇਹ ਸਾਡਾ ਕੰਮ ਨਹੀਂ। ਅਸੀਂ ਪਿੰਡਾਂ 'ਚ ਵਰਗ ਬਣਾਇਆ, ਅੱਜ ਵੀ ਘਰਾਂ 'ਚ ਪਸ਼ੂ ਮਰ ਜਾਏ, ਜੀ ਮਰ ਜਾਏ ਕੋਈ, ਉਹ ਵੱਖਰਾ ਇੱਕ ਖਿੱਦਾ ਜਿਹੜੇ ਚੋਕੇ ਲਜਾਂਦੇ। ਪ੍ਰੋਫੈਸਰ ਸਾਹਿਬ ਸਿੰਘ ਕਹਿੰਦੇ ਨੇ ਸਭ ਦੀ ਵਾਰੀ ਆਈ ਪਰ ਹੁਕਮੀ ਬੰਦੇ ਨੂੰ ਕਹਿਣ ਦੀ ਲੋੜ ਨਹੀਂ ਪਈ, ਉਹਨਾਂ ਉਸ ਚੂਹੀ ਨੂੰ ਚੁੱਕਿਆ ਤੇ ਉਵੇਂ ਬਾਹਰ ਸੁੱਟਾ। ਭਰਾਤਰੀ ਭਾਵ ਉਹਨਾਂ ਨਾਲ ਵੀ ਪੈਦਾ ਕੀਤਾ ਜਿਹੜੇ ਮਰਿਆ ਹੋਇਆ ਨੂੰ ਚੁੱਕੇ ਬਾਹਰ ਸੁੱਟ ਗਏ। ਤੀਸਰੀ ਸਾਖੀ ਦਾ ਬੋਧ, ਅੱਧੀ ਰਾਤ ਧਰਮਸ਼ਾਲਾ ਦੀ ਕੰਧ ਡਿੱਗ ਪਈ, ਕੰਧ ਡਿੱਗੀ ਹੈ। ਮਹਾਰਾਜ ਕਹਿੰਦੇ ਨੇ ਉੱਠੋ ਕੋਈ ਕੰਧ ਬਣਾਏ। ਸਾਰੇ ਕਹਿੰਦੇ ਨੇ ਮਹਾਰਾਜ ਪਹਿਲੀ ਗੱਲ ਤੇ ਰਾਤ ਅੱਧੀ ਹੈ, ਅੱਧੀ ਰਾਤ ਕੌਣ ਕੰਧ ਬਣਾਉਣਾ, ਤੇ ਦੂਜੀ ਗੱਲ ਕੰਧਾਂ ਬਣਾਉਣਾ ਸਾਡਾ ਕੰਮ ਨਹੀਂ, ਇਹ ਮਿਸਤਰੀਆਂ ਦਾ ਕੰਮ ਹੈ, ਆਪੇ ਆ ਕੇ ਬਣਾਉਣਗੇ। ਭਾਈ ਲਹਿਣੇ ਨੂੰ ਹੁਕਮ ਹੋਇਆ ਝੋਲੀ ਕਰ ਲਈ, ਅੱਧੀ ਰਾਤ ਉੱਠ ਕੇ ਵੀ ਉਹਨਾਂ ਨੇ ਕੰਧ ਨੂੰ ਉਸਾਰੀ ਸ਼ੁਰੂ ਕਰ ਦਿੱਤੀ। ਚੌਥੀ ਸਾਖੀ ਜੁੜੀ ਹੈ, ਰਾਤ ਦਾ ਵੇਲਾ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਬਾਬਾ ਸ੍ਰੀ ਚੰਦ ਨੂੰ, ਬੇਟਾ ਜਾਓ ਮੇਰੇ ਕੱਪੜੇ ਧੋ ਕੇ ਲਿਆਓ। ਮਹਾਰਾਜ ਕੱਪੜੇ ਤੇ ਸਾਰੇ ਧੋਤੇ ਪਏ ਨੇ, ਅੱਜ ਦਿਨੇ ਧੋ ਕੇ ਰੱਖੇ ਨੇ। ਹਜ਼ੂਰ ਕਹਿਣ ਲੱਗੇ ਨਹੀਂ ਮੈਨੂੰ ਗੰਦੇ ਲੱਗਦੇ ਨੇ, ਮੈਲੇ ਪਾਸਤੇ ਨੇ, ਜਾਓ ਧੋ ਕੇ ਲਿਆਓ। ਮਹਾਰਾਜ ਬਿਲਕੁਲ ਸਾਫ਼, ਸਭ ਦੀ ਵਾਰੀ ਆਈ ਪਰ ਕੋਈ ਨਾ ਗਿਆ। ਭਾਈ ਲਹਿਣੇ ਨੂੰ ਆਖਿਆ, ਸਾਹਿਬ ਉੱਠ ਕੇ ਚਲੇ ਗਏ, ਕੱਪੜੇ ਧੋ ਕੇ ਲਿਆਂਦੇ। ਸਵੇਰੇ ਮਹਾਰਾਜ ਧਰਮਸ਼ਾਲਾ 'ਚ ਬਿਠਾ ਕੇ ਪੁੱਛਦੇ ਨੇ ਲਹਿਣਿਆ, ਸਾਰਿਆਂ ਨੇ ਜਵਾਬ ਦਿੱਤਾ ਕੱਪੜੇ ਸਾਫ਼ ਨੇ ਪਰ ਤੂੰ ਕਿਉਂ ਧੋਣ ਚਲਾ ਗਿਆ। ਭਾਈ ਲਹਿਣਾ ਜੀ ਕਹਿੰਦੇ ਨੇ ਦਾਤਾ ਜਿਹੜੇ ਤੇਰੀ ਨਜ਼ਰ ਵਿੱਚ ਗੰਦੇ ਨੇ ਉਹ ਕਦੇ ਸਾਫ਼ ਨਹੀਂ ਹੋ ਸਕਦੇ, ਜਿਹੜੀ ਤੇਰੀ ਨਜ਼ਰ ਵਿੱਚ ਗੰਦੇ। ਭਾਵ ਭਰਾਤਰੀ ਭਾਵ ਭਾਵੇਂ ਮਿਸਤਰੀਆਂ ਲਈ ਸੀ, ਭਾਵੇਂ ਧੋਬੀਆਂ ਲਈ ਹੈ, ਭਾਵੇਂ ਜਮਾਦਾਰਾਂ ਲਈ ਹੈ, ਭਾਵੇਂ ਕਿਸੇ ਹੋਰ ਲਈ, ਬਾਬੇ ਨਾਨਕ ਨੇ ਸਾਰਿਆਂ ਨੂੰ ਗੱਲ ਲਾ। ਹੋਰ ਦੋ ਸਾਖੀਆਂ ਬੜੀਆਂ ਪਿਆਰੀਆਂ ਨੇ। ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਰਾਤ ਦਾ ਵੇਲਾ, ਬਾਬਾ ਬੁੱਢਾ ਜੀ ਨੂੰ ਪੁੱਛਦੇ ਨੇ ਬੁੱਢਿਆ ਤੂੰ ਬੜੇ ਸਮੇਂ ਤੋਂ ਮੇਰੇ ਨਾਲ ਰਹਿੰਦਾ, ਅੰਦਾਜ਼ਾ ਜਿਹਾ ਲਾ ਕੇ ਦੱਸ ਰਾਤ ਕਿੰਨੀ ਲੰਘ ਗਈ ਤੇ ਕਿੰਨੀ ਬਾਕੀ ਹੈ। ਬਾਬਾ ਬੁੱਢਾ ਜੀ ਵੇਖਦੇ ਨੇ, ਤਾਰਿਆਂ ਦਾ ਅਨੁਮਾਨ ਲਾਇਆ, ਇੰਨੇ ਤਾਰੇ ਇਸ ਪਾਸੇ ਢਲ ਗਏ,
ਇੰਨੇ ਤਾਰੇ ਖਿੜਾ ਵਿੱਚ ਨੇ। ਆਖਿਆ ਮਹਾਰਾਜ ਦੋ ਘੜੀਆਂ ਰਾਤ ਬੀਤ ਗਈ ਤੇ ਦੋ ਬਾਕੀ। ਪੁੱਤ ਸ੍ਰੀ ਚੰਦ ਤੈਨੂੰ ਕੋਈ ਇਲਮ ਹੈ, ਕੋਈ ਗਿਆਨ ਹੈ? ਕਹਿਣ ਲੱਗੇ ਪਿਤਾ ਜੀ ਬਹੁਤਾ ਨਹੀਂ ਪਤਾ, ਪਰ ਜੋ ਬਾਬੇ ਬੁੱਢੇ ਕਹਿ ਦਿੱਤਾ ਇਹੀ ਸੱਤ ਹੈ। ਲੈਣਿਆ ਤੂੰ ਦੱਸ ਹਾਂ ਰਾਤ ਕਿੰਨੀ ਲੰਘ ਗਈ ਤੇ ਕਿੰਨੀ ਬਾਕੀ ਹੈ? ਧੰਨ ਗੁਰੂ ਅੰਗਦ ਸਾਹਿਬ ਬਾਬਾ ਲਹਿਣਾ ਜੀ ਕਹਿੰਦੇ ਹਜ਼ੂਰ ਮੈਂ ਨਹੀਂ ਜਾਣਦਾ, ਮੈਨੂੰ ਨਹੀਂ ਪਤਾ ਕਿੰਨੀ ਲੰਘ ਗਈ ਕਿੰਨੀ ਬਾਕੀ ਹੈ। ਕਹਿਣ ਲੱਗੀ ਕਿਉਂ ਤੂੰ ਤਾਰਿਆਂ ਦਾ ਅਨੁਮਾਨ ਨਹੀਂ ਲਾਇਆ, ਤੈਨੂੰ ਸਮਝ ਨਹੀਂ ਇਸ ਚੀਜ਼ ਦੀ? ਸੀਸ ਚਰਨਾਂ ਤੇ ਰੱਖ ਕੇ ਭਾਈ ਲਹਿਣਾ ਜੀ ਕਹਿੰਦੇ ਦਾਤਾ ਮੈਂ ਸਿਰਫ ਇੰਨਾ ਕਹਿ ਸਕਦਾ ਆ ਜਿੰਨੀ ਰਾਤ ਤੇਰੇ ਹੁਕਮ ਵਿੱਚ ਲੰਘ ਗਈ ਸੋ ਬੀਤ ਗਈ, ਜਿੰਨੀ ਤੇਰੀ ਰਜ਼ਾ ਚ ਹੈ ਉਹ ਬਾਕੀ ਹੈ, ਮੈਂ ਨਹੀਂ ਦੱਸ ਸਕਦਾ। ਇਹ ਹੈ ਗੁਰੂ ਦੇ ਪ੍ਰਤੀ ਆਪਾ ਸਮਰਪਣ। ਅਖੀਰਲੇ ਪਲ ਆਉਂਦੇ ਨੇ, ਇੱਕ ਦਿਨ ਬੈਠੇ ਆ ਭਰੀ ਸੰਗਤ ਵਿੱਚ, ਹਜ਼ੂਰ ਆਪਣੇ ਹੱਥ ਦੇ ਉੱਤੇ ਇੱਕ ਟਕਾ ਰੱਖਦੇ, ਟਕਾ ਰੱਖ ਕੇ ਕਹਿੰਦੇ ਨੇ ਪੁੱਤਰ ਸ੍ਰੀ ਚੰਦ ਮੇਰੇ ਹੱਥ ਵਿੱਚ ਕੀ? ਹੱਸ ਕੇ ਕਹਿੰਦੇ ਨੇ ਪਿਤਾ ਜੀ ਸਾਰਿਆਂ ਨੂੰ ਹੀ ਪਤਾ ਇੱਕ ਟਕਾ ਤੁਸੀਂ ਹੱਥ ਵਿੱਚ ਸਾਡੇ ਸਾਹਮਣੇ ਰੱਖਿਆ, ਇਹਦੇ ਚ ਕਿਹੜੀ ਲੁਕਾਉਣ ਵਾਲੀ ਗੱਲ ਹੈ ਤੇ ਇਹਦੇ ਚ ਬੁੱਝਣ ਵਾਲੀ ਕਿਹੜੀ ਗੱਲ? ਲਖਮੀ ਦਾਸ ਤੂੰ ਦੱਸ। ਕਹਿਣ ਲੱਗੇ ਜੋ ਵੀਰ ਨੇ ਕਹਿ ਦਿੱਤਾ, ਭਰਾ ਨੇ ਕਹਿ ਦਿੱਤਾ ਇਹ ਠੀਕ ਹੈ। ਬੁੱਢਾ ਜੀ ਤੁਸੀਂ ਦੱਸੋ। ਮਹਾਰਾਜ ਮੇਰੀ ਨਜ਼ਰੇ ਵੀ ਇਹਨਾਂ ਦਾ ਜਵਾਬ ਠੀਕ ਹੈ। ਅਖੀਰੀ ਵਾਰੀ ਆਈ ਫਿਰ ਭਾਈ ਲਹਿਣਾ ਜੀ ਦੀ, ਹੱਥ ਜੋੜ ਭਾਈ ਲਹਿਣਾ ਜੀ ਆਖਦੇ ਨੇ ਮੇਰੇ ਸਾਹਿਬਾ ਲਹਿਣਾ ਤੇ ਹੁਕਮੀ ਬੰਦਾ ਹੈ, ਸਿਰਫ ਇੰਨਾ ਪਤਾ ਹੈ ਕਿ ਹੱਥ ਦੇ ਵਿੱਚ ਜਿਹੜਾ ਟਕਾ ਹੈ, ਜਿਹੜਾ ਹੱਥ ਦੇ ਵਿੱਚ ਟਕਾ ਹੈ ਉਹ ਸਿਰਫ ਇਹ ਕਹਿ ਸਕਦਾ ਹਾਂ ਕਿ ਤੇਰੇ ਹੱਥ ਦੇ ਵਿੱਚ ਐਸੀ ਕੋਈ ਦੁਨੀਆਂ ਦੀ ਦਾਤ ਨਹੀਂ ਜਿਹੜੀ ਹੈ ਨਹੀਂ, ਤੇਰੇ ਹੱਥ ਦੇ ਵਿੱਚ ਸਭ ਕੁਝ ਹੈ। ਇੱਥੇ ਇੱਕ ਟਕਾ ਨਹੀਂ, ਇੱਥੇ ਸਭ ਕੁਝ ਹੈ। ਭਾਈ ਲਹਿਣਾ ਜੀ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਰੱਜ ਕੇ ਸਿੱਖੀ ਕਮਾਈ। ਔਰ ਇੱਕ ਦਿਨ ਆਇਆ ਹੈ ਜਿਸ ਦਿਨ ਮਹਾਰਾਜ ਨਿਰੰਜਨੀ ਛਤਰ ਦੇ ਥੱਲੇ ਬਿਠਾ ਸਿੰਘਾਸਣ ਦੇ ਉੱਤੇ ਬਿਰਾਜਮਾਨ ਕਰਕੇ ਆਪਣਾ ਰੂਪ ਦਿੱਤਾ ਤੇ ਵਿਦਵਾਨ ਕਹਿੰਦਾ ਇਸ਼ਕ ਕੀ ਬੱਠੀ ਮੇਂ ਡਾਲ ਕਰ ਜਿਸਮ ਕੋ ਕੁੰਦਨ ਕਰ ਦਿਆ, ਲਹਿਣੇ ਸੇ ਅੰਗਦ ਅੰਗਦ ਸੇ ਅੱਲਾ ਕਰ ਦਿਆ, ਰੱਬ ਬਣਾ ਦਿੱਤਾ। ਔਰ ਰੱਬੀ ਬਾਣੀ ਨੇ ਆਖਿਆ ਲਹਿਣੇ ਦੀ ਫੇਰਾਈ ਹੈ ਨਾਨਕਾ ਦੋਹੀ ਖੱਟੀ ਹੈ, ਜੋਤ ਉਹਾ ਜੁਗਤ ਸਾਏ ਸ਼ਹਿ ਕਾਇਆ ਫੇਰ ਪਲਟੀਐ। ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਤਿਨ੍ਹਾਂ ਦਾ ਗੁਰਦਾ ਗੱਦੀ ਦਿਵਸ ਅੱਜ ਦੇ ਦਿਨ ਹੈ। ਮਹਾਰਾਜ ਕਿਰਪਾ ਕਰਨ ਤਿਨ੍ਹਾਂ ਦੇ ਪਾਏ ਹੋਏ ਪੂਰਨਿਆਂ ਤੇ ਅਸੀਂ ਚੱਲ ਆਪਣੇ ਜੀਵਨ ਨੂੰ ਸਫਲ ਕਰ ਸਕੀਏ। ਅਖੀਰ ਸਾਰੀ ਸੰਗਤ ਦੇ ਚਰਨਾਂ ਵਿੱਚ ਹੱਥ ਜੋੜ ਕੇ ਦਾਸ ਵੱਲੋਂ ਇੱਕ ਬੇਨਤੀ ਹੈ। ਗੁਰਮੁਖੋ ਸੰਸਾਰ ਦੇ ਵਿੱਚ ਹਰ ਇੱਕ ਧਰਮ ਜਿਹੜਾ ਹੈ ਉਹ ਆਪਣੇ ਧਰਮ ਦਾ ਪ੍ਰਚਾਰ ਬੋਲਾਂ ਰੂਪ ਵਿੱਚ ਵੀ ਕਰਦੇ ਨੇ, ਹਰੇਕ ਤਰੀਕੇ ਨਾਲ ਕਰਦੇ ਨੇ। ਇੱਥੇ ਅੱਜ ਤੱਕ ਕਦੀ ਨਹੀਂ ਕਿਸੇ ਰੋਕਿਆ ਸ਼੍ਰੀ ਕ੍ਰਿਸ਼ਨ ਕੋਈ ਬਣ ਸਕਦਾ ਜਾਂ ਨਹੀਂ, ਰਾਮ ਚੰਦਰ ਜੀ ਬਣ ਸਕਦਾ ਜਾਂ ਨਹੀਂ, ਉਹ ਉਹਨਾਂ ਦੀ ਇੱਕ ਖੇਡ ਹੈ। ਪਰ ਮੁੱਦਤਾਂ ਬੀਤ ਗਈਆਂ, ਬੱਚਾ ਬੱਚਾ ਵੀ ਅੱਜ ਉਹਨਾਂ ਨੂੰ ਫਿਰ ਜਾਣਦਾ ਵੀ ਉਹਨਾਂ ਦੀ ਇਤਿਹਾਸ ਵਿੱਚ ਦੇਣ ਕੀ ਸੀ। ਭਾਵੇਂ ਸਿੱਖਇਜ਼ਮ ਨੇ ਇਹਨੂੰ ਮਿਥਿਹਾਸ ਮੰਨਿਆ, ਉਹ ਇਤਿਹਾਸ ਨਹੀਂ ਉਹ ਮਿਥਿਆ ਹੋਇਆ, ਪਰ ਹੱਥ ਜੋੜ ਕੇ ਇੱਕ ਬੇਨਤੀ ਹੈ। ਵਿਦਵਾਨ ਕਹਿੰਦਾ ਵੀਰਾਨੇ ਗੁਲਿਸਤਾ ਕੇ ਲੀਏ ਬਸ ਏਕ ਉੱਲੂ ਕਾਫੀ ਹੈ, ਸ਼ਾਖ ਸ਼ਾਖ ਪੇ ਉੱਲੂ ਹੈ ਅੰਜਾਮੇ ਗੁਲਿਸਤਾ ਕਿਆ ਹੋਗਾ। ਇੱਕ ਬਾਗ ਨੂੰ ਉਜਾੜਨਾ ਹੈ, ਕਹਿੰਦੇ ਨੇ ਇੱਕੋ ਹੀ ਉੱਲੂ ਬੜਾ ਹੈ ਬਾਗ ਉੱਜੜ ਜਾਂਦਾ, ਇੱਥੇ ਬਾਗ ਦੀ ਹਰੇਕ ਟਹਿਣੀ ਤੇ ਉੱਲੂ ਬੈਠਾ ਹੈ, ਬਾਗ ਦਾ ਕੀ ਅੰਦਾਜ਼ਾ ਲਾਵਾਂਗੇ। ਭਾਵ ਸਿੱਖੀ ਇੱਕ ਬਾਗ ਵਰਗੀ, ਪਰ ਇਹਦੇ ਤੇ ਕਈ ਆਏ, 47 ਆਏ, 72 ਦੀ ਐਮਰਜੈਂਸੀ ਆਈ, 78 ਦਾ ਨਿਰੰਕਾਰੀ ਕਾਂਡ ਆਇਆ, 84 ਦੇ ਵਿੱਚ ਜੋ ਕੁਝ ਹੋਇਆ ਸਾਡੇ ਨਾਲ, 84 ਤੋਂ 95 ਵਿੱਚ ਜੋ ਕੁਝ ਹੋਇਆ ਸਾਡੇ ਨਾਲ, ਪਰ ਉਹਦਾ ਮੂਲ ਪੱਖ ਕੀ ਸੀ? ਮੈਂ ਕਈ ਵਾਰੀ ਕਹਿੰਦਾ ਹੁੰਦਾ 250 ਬੰਦੇ ਨੂੰ ਅਸੀਂ ਇਹ ਗੱਲ ਨਹੀਂ ਪੜ੍ਹਾ ਸਕੇ ਆਨੰਦਪੁਰ ਸਾਹਿਬ ਦਾ ਮਤਾ ਕੀ ਹੈ,
ਉਹਦੇ ਬਦਲੇ 2.5 ਲੱਖ ਬੰਦਾ ਜ਼ਰੂਰ ਅਸੀਂ ਮਰਵਾ ਲਏ। ਉਹਦੇ ਵਿੱਚ ਮੰਗਾਂ ਪਹਿਲਾਂ ਸਿੱਖੀ ਦੀਆਂ ਨਹੀਂ, ਪੂਰੇ ਪੰਜਾਬ ਲਈ ਨੇ ਤੇ ਪੰਜਾਬ ਵਿੱਚ ਕੋਈ ਵੀ ਕੌਮ ਵੱਸਦੀ ਹੋਵੇ ਸਭ ਲਈ ਉਹ ਮੰਗਾਂ ਜਾਇਜ਼ ਸਨ। ਵਕਤ ਮਿਲਿਆ ਕਿਤੇ ਅਨੰਦਪੁਰ ਸਾਹਿਬ ਦਾ ਮਤਾ ਸਾਂਝਾ ਕਰਾਂਗੇ।